Hasde Hasande Ravo. Tu bhi hase, main bhi hasan, sare haso. Ha ha ha. Hase jo kuch na socho, hasas bolo, wah bhai wah. Wah bhai wah. Coca-Cola, Hasde Hasande Ravo. ਦੁੱਖ ਤਕਲੀਫਾਂ ਮਾਰ ਕੁਟਾਈਆਂ ਇਹ ਤਾਂ ਸਭ ਦੇ ਕੋਲ ਨੇ ਪਰ ਦੁਨੀਆ ਵਿੱਚ ਜੋ ਹਾਸੇ ਵੰਡਦਾ ਬੰਦਾ ਉਹ ਅਨਮੋਲ ਏ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਨਿਮਿਤ ਸਿੰਘ ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੀ ਹਾਂ ਉਸ ਪ੍ਰੋਗਰਾਮ ਵਿੱਚ ਜਿਹੜਾ ਅੱਜ ਤੁਹਾਡੇ ਪਿਆਰ ਦੇ ਬਦੌਲਤ ਕਿਸੇ ਪਹਿਚਾਣ ਦਾ ਮੁਹਤਾਜ ਨਹੀਂ ਰਿਹਾ। ਜੀ ਹਾਂ, ਵੈਲਕਮ ਟੂ ਕੋਕਾ ਕੋਲਾ ਹੱਸਦੇ ਹਸਾਉਂਦੇ ਰਹੋ। ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਟੈਨਸ਼ਨਸ ਨੂੰ ਭੁਲਾਉਣਾ ਚਾਹੁੰਦੇ ਹੋ ਤਾਂ ਆਓ ਫਿਰ ਮੈਂ ਤੁਹਾਨੂੰ ਸੱਦਾ ਦੇਣੀ ਆ ਸਾਡੇ ਅੱਜ ਦੇ ਐਪੀਸੋਡ ਵਿੱਚ। ਜੀ ਹਾਂ, ਤੁਸੀਂ ਉੱਥੇ ਬੈਠ ਕੇ ਸਾਡੇ ਅੱਜ ਦੇ ਕੰਟੈਸਟੈਂਟਸ ਦੀ ਪਰਫਾਰਮੈਂਸਿਸ ਦਾ ਲਵੋ ਮਜ਼ਾ ਅਤੇ ਸਾਡੀ ਜੂਰੀ ਵੀ ਇੱਥੇ ਆ ਚੁੱਕੀ ਹੈ ਅਤੇ ਹੁਣ ਸ਼ੁਰੂਆਤ ਕਰਦੇ ਹਾਂ ਅੱਜ ਦੇ ਐਪੀਸੋਡ ਦੀ ਅਤੇ ਮੈਂ ਸੱਦਾ ਦੇਣਾ ਚਾਹਾਂਗੀ ਅੱਜ ਦੇ ਪਹਿਲੇ ਕੁਆਟਰ ਫਾਈਨਲਿਸਟ ਨੂੰ। ਸੋ ਪਲੀਜ਼ ਵੈਲਕਮ ਜਸਵੰਤ ਸਿੰਘ। ਪ੍ਰਚਾਰ ਹੈ ਤੋ ਵਪਾਰ ਹੈ, ਵਰਨਾ ਸਭ ਕੁਛ ਬੇਕਾਰ ਹੈ। ਸੋ ਦੋਸਤੋ, ਅੱਜ ਕੱਲ੍ਹ ਹਰ ਚੀਜ਼ ਦੀ ਐਡ ਹੋ ਰਹੀ ਹੈ, ਹਰ ਚੀਜ਼ ਦਾ ਪ੍ਰਚਾਰ ਹੋ ਰਿਹਾ, ਹਰ ਚੀਜ਼ ਦਾ ਵਪਾਰ ਹੋ ਰਿਹਾ। ਪ੍ਰਚਾਰ ਤੋਂ ਬਿਨਾਂ ਮਜ਼ਾ ਵਾਲਾ ਕੋਈ ਚੀਜ਼ ਵਿਕ ਜੇ? ਪਰ ਮੈਂ ਦੇਖਿਆ ਕਿ ਇੱਕ ਸਵਾਮੀ ਰਾਮਦੇਵ ਜੀ, ਉਹਨਾਂ ਨੇ ਡਾਕਟਰ ਵੈਸੇ ਵਿਹਲੇ ਕੀਤੇ ਹੋਏ ਆ ਅਤੇ ਸਾਡੇ ਗੁਆਂਢ ਦੇ ਵਿੱਚ ਪੋਸਟਰ ਲਗਾਉਣ ਵਾਲੇ ਇਹ ਨਹੀਂ ਦੇਖਦੇ ਵੀ ਕਿੱਥੇ ਇਸ਼ਤਿਹਾਰ ਲਗਾਉਣਾ ਕਿੱਥੇ ਨਹੀਂ। ਸਾਡੇ ਗੁਆਂਢ ਦੇ ਵਿੱਚ ਇੱਕ ਡਾਕਟਰ ਆ, ਉਹਦੇ ਕਲੀਨਿਕ ਦੇ ਬਾਹਰ ਬੋਰਡ ਲੱਗਿਆ ਆ ਅਤੇ ਉੱਥੇ ਜੁੱਤਾ ਬਣਾਉਣ ਵਾਲੀ ਕੰਪਨੀ ਆਪਣਾ ਪੋਸਟਰ ਲਗਾ ਗਈ ਅਤੇ ਦੂਸਰੇ ਦਿਨ ਬਾਅਦ ਤਾਂ ਮੀਂਹ ਪੈ ਗਿਆ। ਹੁਣ ਆਪਸ ਗਲ ਫਟ ਗਿਆ ਅਤੇ ਪੜ੍ਹਨ 'ਚ ਕਿੱਦਾਂ ਲੱਗਦਾ ਪਿਆ? ਖੁਸ਼ਖਬਰੀ ਖੁਸ਼ਖਬਰੀ ਖੁਸ਼ਖਬਰੀ, ਯਹਾਂ ਪਰ ਜੂਤੋਂ ਕੇ ਵਾਇਰਲ ਕੇ ਟੀਕੇ ਲਗਾਏ ਜਾਤੇ ਹੈਂ। ਜੂਤੋਂ ਕੇ ਲੀਏ ਐਮਰਜੈਂਸੀ ਸੁਵਿਧਾ 24 ਘੰਟੇ ਉਪਲਬਧ ਹੈ। ਏਕ ਸਾਲ ਸੇ ਪਹਿਲੇ ਕੱਟ ਫਟ ਜਾਣੇ ਪਰ ਮਰੀਜ਼ ਕੀ ਮੁਰੰਮਤ ਫ੍ਰੀ ਕੀ ਜਾਏਗੀ। ਏਕ ਸਾਲ ਕੀ ਗਾਰੰਟੀ, ਵਰਨਾ ਮਰੀਜ਼ ਵਾਪਸ, ਉਹ ਤੁਹਾਡਾ ਭਲਾ। ਇਹ ਕਿਵੇਂ? ਇਹ ਤੋਂ ਬਾਅਦ ਗੱਲ ਕਰਦੇ ਮਸ਼ਹੂਰੀਆਂ ਦੀ। ਪਿੰਡਾਂ ਦੇ ਵਿੱਚ ਹਜੇ ਤੱਕ ਇੱਦਾਂ ਦੀ ਕਈ ਜਗ੍ਹਾ ਆ ਜਿੱਥੇ ਦੂਰਦਰਸ਼ਨ ਹੀ ਆਉਂਦਾ ਕੱਲਾ ਅਤੇ ਉੱਥੇ ਮਜ਼ਾ ਲਾ। ਹੁਣ ਮੈਂ ਤੁਹਾਨੂੰ ਦੱਸਦਾ, ਉੱਥੇ 5 ਘੰਟੇ ਦੀ ਫਿਲਮ ਦਿਖਾਈ ਜਾਂਦੀ ਹੈ। 5 ਘੰਟੇ ਮਤਲਬ 2 ਘੰਟੇ ਦੀ ਫਿਲਮ, 3 ਘੰਟੇ ਦੀ ਮਸ਼ਹੂਰੀ। ਇਹ ਨਹੀਂ ਪਤਾ ਲੱਗਦਾ ਫਿਲਮ 'ਚ ਮਸ਼ਹੂਰੀਆਂ ਆ ਰਹੀਆਂ ਕਿ ਮਸ਼ਹੂਰੀਆਂ ਦੇ ਵਿੱਚ ਫਿਲਮ। ਹੁਣ ਮਸ਼ਹੂਰੀਆਂ ਵੀ ਕਿੱਦਾਂ ਕਿੱਦਾਂ ਦੀਆਂ, ਹਾਸਾ ਆਪਣੇ ਆਪ ਹੀ ਬੰਦੇ ਨੂੰ ਆਉਂਦਾ। ਹੁਣ ਮੈਂ ਕੱਲ੍ਹ ਪਰਸੋਂ ਮਸ਼ਹੂਰੀ ਦੇਖੀ, ਮਸ਼ਹੂਰੀ ਦੇ ਵਿੱਚ ਦੇਖਿਆ ਫਿਲਮ ਛੋਲੇ ਦਾ ਸੀਨ। ਠਾਕੁਰ ਨੇ ਗੱਬਰ ਨੂੰ ਐਂ ਜਫਾ ਪਾਇਆ ਘੋੜੇ 'ਤੇ ਜਾਂਡਾ ਅਤੇ ਠਾਕੁਰ, ਗੱਬਰ ਸਿੰਘ ਯਾਦ ਨਹੀਂ, ਇਹ ਬਾਂਸੀ ਕਾ ਫੰਦਾ ਹੈ। ਨਾਲ ਹੀ ਪਿੱਛੋਂ ਆਵਾਜ਼ ਆਉਂਦੀ, ਜੀ ਹਾਂ ਠਾਕੁਰ ਸਾਹਿਬ ਨੇ ਵੀ ਖਾਏ, ਆਪ ਵੀ ਖਾਈਏ ਓਸ ਪਲੱਸ ਕੈਪਸੂਲ, ਪੁਰਸ਼ੋਂ ਕੀ ਹਰ ਪ੍ਰਕਾਰ ਕੀ ਕਮਜ਼ੋਰੀ ਕੇ ਲੀਏ ਓਸ ਪਲੱਸ ਕੈਪਸੂਲ। ਦੱਸੋ ਨਾ, ਤੁਸੀਂ ਠਾਕੁਰ ਦੇ ਮੂੰਹ 'ਚ ਪਾ ਕੇ ਸੀ ਕੈਪਸੂਲ? ਐਵੇਂ ਝੂਠ ਬੋਲੀ ਜਾਂਦੇ ਆ, ਉਹਦੀ ਤਾਂ ਵਿਚਾਰੀ ਬਾਹਵਾਂ ਹੈ, ਐਵੇਂ ਝੂਠ ਬੋਲੀ ਜਾਣਗੇ। ਅਤੇ ਉਹ ਤੋਂ ਐਡ ਦੀ ਗੱਲ ਕਰਦੇ ਹਾਂ, ਸਟਾਰ ਨਿਊਜ਼ 'ਤੇ ਸੰਸ ਨਹੀਂ ਆਉਂਦਾ, ਉਹਦੇ ਐਂਕਰ ਨੂੰ ਧਿਆਨ ਨਾ ਦੇਖੋ, ਇੱਦਾਂ ਲੱਗਦਾ ਵੀ ਜਿੰਨੇ ਵੀ ਕ੍ਰਾਈਮਸ ਬਾਰੇ ਦੱਸਦਾ ਪਿਆ ਸਾਰੇ ਉਹਨੇ ਆਪ ਹੀ ਕੀਤੇ ਆ। ਸੰਨਾਟਾ ਕੋ ਚੀਰਤੀ ਸੰਸਨੀ, ਸੁੰਨ ਕਰ ਦੇਤੀ ਇਨਸਾਨ ਕੋ, ਚੈਨ ਸੇ ਸੋਨਾ ਤੋ ਜਾਗ ਜਾਓ, ਨਾਲੇ ਸੋਜੋ ਨਾਲੇ ਜਾਗ ਜਾਓ। ਉਹ ਭਰਾਵਾ ਤੇਰੀ ਸ਼ਕਲ ਦੇ ਕੇ ਨੀਂਦ ਕਿਹਨੂੰ ਆਜੂਗੀ? ਹੁਣ ਮਸ਼ਹੂਰੀਆਂ ਕਿਹੜੇ ਕਿਹੜੇ ਵੇਲੇ ਆਉਂਦੀਆਂ? ਹੁਣ ਮਜ਼ਾਕ ਆਪ ਹੀ ਬਣਨਾ ਆ। ਹੁਣ ਇੱਕ ਸਾਡੀਆਂ ਹਿੰਦੀ ਫਿਲਮਾਂ ਦਾ ਐਕਟਰ ਛੇਤੀ ਕਿਤੇ ਮਰਦੇ ਨਹੀਂ, ਹੀਰੋ। ਹੁਣ ਵਿਲਨ ਗੋਲੀਆਂ ਚਲਾ ਰਿਹਾ, ਸਟੇਨਗਾਂ ਚਲਾ ਰਿਹਾ, ਇੱਧਰੋ ਹੀਰੋ ਕੁੱਤ ਕਮਿਊਨਿਟ ਕੁੱਤ, ਨਾਲ ਹੀ ਬੇਦੀ ਸਾਹਿਬ ਦੀ ਐਡ ਆ ਜਾਂਦੀ, ਹੈਂ ਗੋਲੀਆਂ ਕਾ ਵੀ ਅਸਰ ਨਹੀਂ, ਇਨਕਾ ਇਲਾਜ ਗੋਲੀਆਂ ਨਹੀਂ ਆਯੁਰਵੇਦ ਹੈ, ਭਾਵ ਨਗਰ ਵਾਲੋਂ ਕਾ ਕਾਇਮ ਚੂਨ, ਕਾਇਮ ਚੂਨ ਲਿਆਵੇ ਉਹਨੂੰ ਮਾਰਨ ਵਾਸਤੇ। ਮੈਂ ਦੋਸਤੋ ਦੇਖਿਆ ਹਰ ਵੱਡੇ ਤੋਂ ਵੱਡਾ ਫਿਲਮ ਸਟਾਰ ਐਡ ਵਿੱਚ ਕੰਮ ਕਰਦਾ ਪਿਆ, ਇੱਦਾਂ ਲੱਗਦਾ ਮਜ਼ਾਕ ਦੇ ਤਰੀਕੇ ਨਾਲ ਦੇਖਿਆ ਜਾਵੇ ਜਿਵੇਂ ਸਨੀ ਦਿਓਲ ਸੋਨਾ ਚਾਂਦੀ ਚਵਨਪ੍ਰਾਸ਼ ਵੇਚ ਰਿਹਾ, ਅਮਿਤਾਭ ਬੱਚਨ ਜੀ ਚੋਕਲੇਟ ਵੇਚ ਰਿਹਾ, ਸਲਮਾਨ ਖਾਨ ਕੱਛੇ ਵੇਚੀ ਜਾਂਦਾ, ਬਹਿਣਾ ਵੇਚੀ ਜਾਂਦਾ ਪਿਆ, ਐਸ਼ਵਰਿਆ ਰਾਏ ਕੋਕਾ ਕੋਲਾ ਵੇਚੀ ਜਾਂਦੀ ਆ। ਉਹ ਵੀ ਦਿਨ ਦੂਰ ਨਹੀਂ, ਰੱਬ ਕਰੇ ਤਾਂ ਹੋਵੇ ਨਾ, ਵੈਸੇ ਸਾਰੇ ਐਕਟਰ ਬੇਰੁਜ਼ਗਾਰ ਹੋ ਜਾਣ ਅਤੇ ਉਹੀ ਸਮਾਨ ਉਹਨਾਂ ਨੂੰ ਆਪਣੇ ਆਪ ਵੇਚਣਾ ਪਵੇ ਅਤੇ ਉਹ ਕਿੱਦਾਂ ਸੀਨ ਬਣੇਗਾ? ਹੁਣ ਅਜੇ ਦੇਵਗਨ ਅਤੇ ਕਾਜਲ ਅੱਜ ਕੱਲ੍ਹ ਟਾਟਾ ਇੰਡੀਕੋਮ ਦੀ ਮਸ਼ਹੂਰੀ ਜਾ ਰਹੇ ਆ, ਅਤੇ ਅਜੇ ਦੇਵਗਨ ਚਲਾ ਗਿਆ ਕਾਜਲ ਨੂੰ ਲੈ ਕੇ ਕਿਸੇ ਪਿੰਡ ਉੱਥੇ। ਹਾਂ ਭਾਈ ਕੀ ਗੱਲ ਆ? ਹੁਣ ਅਜੇ ਦੇਵਗਨ, ਦੇਖੀਏ ਮੈਂ ਕੋਈ ਆਪ ਆਦਮੀ ਰਹੀ ਹੂੰ, ਮੇਰਾ ਨਾਮ ਅਜੇ ਦੇਵਗਨ ਹੈ ਔਰ ਜੇ ਮੇਰੀ ਬੀਵੀ ਕਾਜਲ ਹੈ। ਭਾਈ ਪਹਿਲਾਂ ਗਰਦਨ ਸਿੱਧੀ ਕਰਕੇ ਗੱਲ ਕਰ। ਆਪ ਸਭਰੀ ਕਾ ਵੀ ਮਿਨਟ ਜੁੜਾ ਬਾਈ, ਜਬ ਸੇ ਬਾਰੀ ਸ਼ਾਦੀ ਹੋਈ ਹੈ ਹਮਾਰਾ ਖਰਚਾ ਬਹੁਤ ਬੜ ਗਿਆ ਹੈ, ਟਾਟਾ ਇੰਡੀਕੋ ਮੋਬਾਈਲ ਪਾਰਟ ਟਾਈਮ ਵੇਚ ਰਹੇ ਹੈ, 2 ਸਾਲ ਤੱਕ ਚੱਲਦਾ ਹੈ ਇਹ, 2 ਸਾਲ ਤੱਕ ਚੱਲ ਚਲਾ ਚੱਲ, 2 ਸਾਲ ਤੱਕ ਚੱਲ ਚਲਾ ਚੱਲ ਚੱਲ ਭਾਈ ਅੱਗੇ ਚੱਲ। ਇੱਧਰ ਨਾਨਾ ਪਾਟੇਕਰ ਬਸ 'ਚ ਮੱਛਰ ਮਾਰਨ ਦੀ ਦਵਾਈ ਵੇਚੀ ਜਾਂਦੇ ਆ। ਇੱਕ ਮੱਛਰ ਆਦਮੀ ਕੋ ਹਿਜੜਾ ਬਣਾ ਦੇਤਾ ਹੈ, ਇਤਨੇ ਕਮਜ਼ੋਰ ਹੋ ਗਏ ਤੇਰੀ ਜੁਦਾਈ ਮੈਂ ਕੱਲ੍ਹ ਰਾਤ ਮੱਛਰ ਉਠਾ ਲੈ ਕੇ ਚਾਰ ਪਾਈ ਸੀ। ਦੇਖੋ ਬਈ, ਇੱਕ ਮੱਛਰ ਆਦਮੀ ਕੋ ਹਿਜੜਾ ਬਣਾ ਦੇਤਾ ਹੈ, ਟੀਵੀ ਪੇ ਦਿਖਾਤੇ ਕਛੁਆ ਚਲਾਓ ਮੱਛਰ ਪਕਾਓ, ਅਰੇ ਬਖਾਨੇ ਸੇ ਕਿਆ ਹੋਗਾ, ਅੰਗਰੇਜ਼ੋ ਕੋ ਬਖਾਇਆ ਥਾ, ਫਿਰ ਆ ਗਏ ਇੱਕ ਦੂਸਰੇ ਕਾ ਗਲਾ ਕਾਟੇ, ਧਰਮ ਕੇ ਨਾਮ ਪਰ ਮਜ਼ਹਬ ਕੇ ਨਾਮ ਪਰ ਹਮ ਭਲੇ ਉੱਪਰ ਵਾਲੇ ਕੋ ਅਲੱਗ ਅਲੱਗ ਨਾਮ ਸੇ ਪੁਕਾਰਤੇ ਹੈਂ, ਲੇਕਿਨ ਮੇਰਾ ਮਜ਼ਹਬ ਏਕ ਹੈ, ਧਰਮ ਏਕ ਹੈ, ਇਨਸਾਨੀਅਤ।
पार्कर साहब कूल डाउन, पहले तो दसो मच्छर मरेंगे किदा? बहुत आसान है, ये दवाई मच्छर के मुंह में डाल दो मर जाएंगे। दवाई मच्छर ने मुंह, ओ किदा? बहुत आसान है, MH1 लगाओ, हसदे हसांदे प्रोग्राम है का, मच्छर हंस के मुंह में डाल देना, हंसेंगे तो मुंह में डाल देना। बहुत आसान है, लाओ जी अपनी स्कीम लाई जांदे आ। इधर हुन फिल्म एक्टर नसीरुद्दीन शाह वो चूहे मारने की दवाई बेच रहे हैं। नसीरुद्दीन शाह वो क्या है भाई, फटा पोस्टर और निकला नसीरुद्दीन शाह, लेकिन पोस्टर फटा नहीं है भाई, उसे चूहों ने कुतरा है। ये चूहे दिन रात हम पर जुल्म करते हैं और जुल्म सहना सबसे बड़ा पाप है भाई। मैं तो कहता हूं पाप का भी बाप है। हाथ काट दिया चूहों ने मेरा, हाथ काट दिया, अपाहिज बना दिया मेरे को। चूहों को मारो, चूहों को मारना बहुत जरूरी है भाई, ये दवाई से मरेंगे। नसीरुद्दीन शाह चूहे तो मर जाएंगे, ये पाप क्यों लगूगा? तो अनुक मेनू किसी को नहीं लगेगा भाई, क्यों? चूहे मरेंगे तब ना। चलो ये भी चले गए। हुण इधर अमिताभ बच्चन जी सड़क पे खड़े आ, वो जादू के खेल दिखा रहे आ। और जादूगर है मेरा नाम गोगा, हा जुम्मा जुम्मा दे दे आय आय। ओ जल्दी आ सुननी, बकरा टाइप दाढ़ी अमिताभ बच्चन। और बिल्कुल सही बचाना, बिल्कुल सही। मेरा नाम अमिताभ बच्चन, बाप का नाम हरिवंश राय बच्चन और बेटे का नाम अभिषेक बच्चन। मारे थे कि करिया ने? ओ जादू का खेल दिखाता हूँ, जादू का खेल सीखना है तो 50 रुपए निकालो। वो ले आओ 50 रुपए, सिखाने की हो? ओ सिंपल पानी को कोका कोला बनाना सीखे। सिंपल पानी को कोका कोला? ले आओ 100 रुपया। आलो ओ लाइए, घर में जाओ फ्रिज में पानी रख दो, 1 घंटे बाद पानी निकालो, पानी हो जाएगा ठंडा, ठंडा मतलब कोका कोला। थैंक यू सर। सारी आइटम के बीच दो चीजें थोड़ियां हाईलाइट हुई, एक नसीरुद्दीन शाह जी ते लास्ट आइटम बचन साहब वाली, ते फ्लो थोड़ा अच्छा सीगा। बाकी देखते हैं हम सेकंड राउंड च तुसी की करदे हो, साड़ी एक्सपेक्टेशन होर तो ज़्यादा हाई हो रही ने, भी अगले राउंड के विच इस तो भी बैटर करोगे? मैं कोशिश करूंगा सर, वधिया कर। स्टार्ट बहुत अच्छा सी, एंड बहुत अच्छा कीता है, ए तेरा एफर्ट बहुत गुड सी, और उम्मीद करते हैं सैकेंड राउंड विच जो असल दे विच तेन परफॉर्म करना चाहिए वो परफॉर्म करेंगे। ठीक है जी। जसवंत, हाँ जी सर, मैं तेनों की क्या सी याद है? जस्ट वन क्या सी? हाँ, तू आया सी उस दिन, मैं तुम्हें क्या सी, यू आर नॉट जसवंत सिंह, यू आर जस्ट वन सिंह, बिकॉज यू आर सो गुड दैट डे। तू तो इन्ना चंगा सी बई, उस दिन मैं तेनों मतलब इतने कला ही लैके आया सी, लोग नहीं सी मेरे नाल, हूँ तू मेरिया उम्मीदा दे पानी ना फेर। बिल्कुल नहीं, बिल्कुल नहीं। मैं तेनों अगे लैके आया, तो जिन्ना तू मनु एंटरटेन किया हसाया उन्ना उन्ना ही इन्होंने भी इंप्रेस कर। ठीक है जी, थैंक यू, मैं कोशिश करूँगा सर वधिया करें। थैंक यू, ओके, विश यू ऑल द सक्सेस। Well done, Jaswant. दोस्तों साढ़े शो के शुरू होने तो लेके आज तक जसवंत ने चंगी तरह प्रूव कर दिता है कि इन्होंने एक अच्छा कमेडियन बनने का पोटेंशियल है। तो आओ वेखते हैं साढ़े आने वाले कंटेस्टेंट यानी कि दूसरे क्वार्टर फाइनलिस्ट साढ़े लिए की लेके आ रहे हैं। सो प्लीज वेलकम आर्यन शिवम। सुना है असर होता है बातों में, वरना लोग भूल जाते हैं दो चार मुलाकातों में। सुना है असर होता है बातों में, वरना लोग भूल जाते हैं दो चार मुलाकातों में, लेकिन हमें भुलाकर आप कहाँ जाएंगे? आपकी दोस्ती की लकीर है इन हाथों में। तो दोस्तों सब तो पहला सत श्री अकाल नमस्कार, तड़ा सब दा ए सब तड़े प्यार दा नतीजा जड़ा इतने खड़ा चाचे चतरे का भतीजा है। अज तुहाडे सामने पहला गल करते हैं जी कोका कोला तो शुरू करते हैं कि अज साढ़े नाल की होया। कहिंदे जी अंदर जावे कोका कोला, जो कोका कोला अंदर जावे ना जी तो डकार निकलते हैं उत्तों की इस तरह करके, तो जो कोका कोला की थान से डरदा कोल अंदर जाए ना जी तो डकार थान बदल बदल के आवाजा बदल के निकलते हैं। इस तरह जी अज कोई साढ़े नाल हो गया, मेरे तो मेरे दोस्त जतेंद्र सूरी के नाल, वह जतेंद्र सूरी तो मैं जी अच्छ सवेरे ना साढ़ा डर दे मारे टैक्नीकल प्रॉब्लम बहुत ज़्यादा हो गई जी, अं दोनों बैठे जंगल पानी तो अं गल करिए। मैं जतेंद्र, वो यार तेनों पता अच्छ अपना जज बन के कौन कौन आ रहा? वो भाजी कौन आ रहा? वो मैं क्या तीन हासियां दे एडे वड्डे वड्डे जिन जिन्हां ने वड्डियां वड्डियां ते तवे लाए ने, वो अज साडे प्रोग्राम च साडे जज बन के आए ने। वो यार अज आपां की करांगे? वो भाजी कौन कौन आंडे जिन्हां दे नाम लैंडे पहले दसो तुसी भी किहड़े जिन ने? वो जिन वो पहले अपने बेदी साहब, उस तो बाद अपने भला जी आए ने, नाल अपने घुग्गी भाजी। वो कोई नहीं, घुग्गी आ कोई छेड़ तां नहीं खा तां नहीं जाऊ। मैं हैगा तू निक्का जिहा बिल बतौरे जिहा ते ताकत वालियां गल्लां करन डिया वड्डियां वड्डियां, तैनूं डर नहीं लगदा? मैनूं लगदा तू घुग्गी भाई नूं जानदा नहीं, खड़े खलोते बंदे दी मूंह ते डंड ला दिंदे आ। ओ भाजी मैं नहीं डरदा। मैं सूरी तू नहीं डरदा? भाजी मैं नहीं डरदा। मैं पक्का नहीं डरदा? नहीं मैं नहीं डरदा।
तो मैं फिर अपनी धोई धोई कर मेरा हथ पानी क्यों करन दिया लो जी हाले ढिड साडा ठीक नहीं होया मैं गया जी मैं डॉक्टर बेदी साहब को गया मैं बेदी साहब मैनू कोई दवाई की पुड़ी दौ ऐसी कि मैं प्लेटफॉर्म से जाकर घट्टो घट खलो के थोड़ी बहुत गलबात कर सकता नहीं तो यह ना हो घुगी भाजी कह साडे पंजाब का नाँ डोब के रखता इन्हें मैनू बेदी साहब कहें कहते काका तेनू तो मैं हौसले की पुड़ी दे सकता बाकी रब का नाँ लै पाठ पूजा कर तुते चढ़ जा पाठ पूजा करदा कि नहीं करदा मैं जी पाठ पूजा तो मैं बहुत सॉरी करदा जी सवेरे शाम बैठा मैं जी रब का नाँ लैना पूरे विधि विधान बेदी साहब कहते काका फिर गल सुन शंख ना बजा शिवम स्मार्ट हैं गुड लुकिंग हैं एक्टिव हैं मैटर स्मार्ट कर थोड़ा स्मार्ट मैटर नहीं सी चॉइस स्मार्ट नहीं सी हैं बस बाकी सब कुछ वही है थैंक्स अ लॉट सर तेरे को जो सेकंड चांस है गए और जो काफ़ी नंबर लेने पड़ेंगे पर चांस इज देयर ठीक है ट्राई करूंगा सर श्योर थैंक्स ऑल द बेस्ट ਸਾਡੇ ਅੱਜ ਦੇ ਦੋ ਪਾਰਟਿਸਿਪੈਂਟਸ ਦੇ ਆਪਣੇ ਹਾਸਿਆਂ ਦੀਆਂ ਪਿਟਾਰੀਆਂ ਖੋਲ੍ਹ ਕੇ ਵਿਖਾ ਚੁੱਕੇ ਨੇ ਲੇਕਿਨ ਬਾਕੀ ਦੇ ਪਾਰਟਿਸਿਪੈਂਟਸ ਦੀ ਬੇਤਾਬੀ ਨੂੰ ਅਸੀਂ ਕਿਉਂ ਵਧਾਈਏ ਮੈਂ ਸੱਦਾ ਦੇਣਾ ਚਾਹਾਂਗੀ ਇੱਕ ਐਸੇ ਕੰਟੈਸਟੈਂਟ ਨੂੰ ਜੋ ਆਪਣੀ ਲੁਕਸ ਦੇ ਨਾਲ ਨਾਲ ਇੱਕ ਵੱਖਰੇ ਹਿਊਮਰ ਦੇ ਅੰਦਾਜ਼ ਨਾਲ ਸਾਡੇ ਸਾਹਮਣੇ ਆਉਣ ਲੱਗੇ ਨੇ ਸੋ ਪਲੀਜ਼ ਵੈਲਕਮ ਰਾਜੀਵ ਮਹਿਰਾ ਸਭ ਤੋਂ ਪਹਿਲਾਂ ਆਦਰਨੀ ਜੱਜਿਸ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੱਲ ਸੁਣਾਉਣ ਲੱਗਾ ਉਹਨਾਂ ਦਿਨਾਂ 'ਚ ਉਹਨਾਂ ਦਿਨਾਂ ਦੀ ਜਦੋਂ ਮੈਂ ਕਾਲਜ 'ਚ ਪੜ੍ਹਦਾ ਹੁੰਦਾ ਸੀ ਵੈਸੇ ਮੈਂ ਸ਼ਕਲੋਂ ਲੱਗਦਾ ਤਾਂ ਨਹੀਂ ਪਰ ਮੈਂ ਪੜ੍ਹਦਾ ਹੁੰਦਾ ਸੀ ਕਾਲਜ 'ਚ ਮੇਰਾ ਪਹਿਲਾ ਦਿਨ ਤਾਂ ਮੇਰੇ ਟੀਚਰ ਆ ਕੇ ਕਹਿੰਦੇ ਕਹਿੰਦੇ ਕਾਕਾ ਤੁਸੀਂ ਮੈਂ ਤੁਹਾਡੀਆਂ ਅੱਗੇ ਹਰਕਤਾਂ ਦੇਖ ਚੁੱਕੇ ਤੁਸੀਂ ਬੜੇ ਸ਼ਰਾਰਤੀ ਜੇ ਸਾਹਮਣੇ ਜਿਹੜਾ ਨਾ ਗਰਲਸ ਹੋਸਟਲ ਹੈ ਅਤੇ ਜੇ ਉੱਥੇ ਕੋਈ ਗਿਆ ਨਾ ਤਾਂ ਮੈਂ ਬਹੁਤ ਡਾਂਟੂੰਗਾ ਉਹਨੂੰ ਅਸੀਂ ਚੁੱਪ ਕਰਕੇ ਸੁਣਦੇ ਰਹੇ ਹੱਸੀ ਜੀ ਆਪਸ ਦੇ ਵਿੱਚ ਕਹਿੰਦੇ ਜਿਹੜਾ ਉੱਥੇ ਜਾਂਦਾ ਪਹਿਲੀ ਵਾਰੀ ਫੜਿਆ ਗਿਆ ਉਹਨੂੰ 100 ਰੁਪਇਆ ਫਾਈਨ ਲੱਗੇਗਾ ਜੇ ਕੋਈ ਦੂਜੀ ਵਾਰੀ ਫੜਿਆ ਗਿਆ ਉਹਨੂੰ 200 ਰੁਪਇਆ ਅਤੇ ਜੇ ਉਸ ਤੋਂ ਬਾਅਦ ਫੜਿਆ ਗਿਆ ਫਿਰ 500 ਰੁਪਇਆ ਲਊਂਗਾ ਮੈਂ ਅਗਲੇ ਮੈਂ ਸਾਰੀ ਗੱਲ ਪੁੱਛਾਂ ਕਹਿੰਦੇ ਹਾਂਜੀ ਦੱਸੋ ਮੈਂ ਕਿਹਾ ਸਰ ਮੰਥਲੀ ਪਾਸ ਦੇ ਕਿੰਨੇ ਪੈਸੇ ਲਾਉਂਗਾ ਮੇਰੀ ਇੱਕ ਭੂਆ ਦੇ ਫੁੱਫੜ ਅਵਲ ਦਰਜੇ ਦੇ ਪੇਂਡੂ ਬੰਦੇ ਕੁਝ ਵੇਖਿਆ ਨਹੀਂ ਵਿਚਾਰਿਆਂ ਨੇ ਸ਼ਹਿਰਾਂ ਦੇ ਕੋਈ ਫੈਸ਼ਨ ਨਹੀਂ ਦੇਖੇ ਅਤੇ ਸਾਡੇ ਪੰਜਾਬ ਦੀਆਂ ਕੁੜੀਆਂ ਤੁਹਾਨੂੰ ਪਤਾ ਖਾਸ ਕਰ ਸਾਡੇ ਅੰਮ੍ਰਿਤਸਰ ਦੀਆਂ ਫੈਸ਼ਨ ਦੇ ਵਿੱਚ ਨੰਬਰ 1 ਲਓ ਜੀ ਅੰਮ੍ਰਿਤਸਰ ਆਏ ਤਾਂ ਮੇਰਾ ਘਰ ਲਾਰੈਂਸ ਰੋਡ ਦੇ ਬਿਲਕੁਲ ਪਾਸੇ ਪੈਂਦਾ ਬਹੁਤ ਵਧੀਆ ਜਗ੍ਹਾ ਗਈ ਉੱਥੇ ਇੱਕ ਕੁੜੀ ਦੇਖੀ ਉਹਨਾਂ ਨੇ ਥੱਲਿਓਂ ਕੱਪੜੇ ਉੱਪਰ ਨੂੰ ਜਾਣ ਅਤੇ ਉੱਪਰੋਂ ਕੱਪੜੇ ਥੱਲੇ ਨੂੰ ਆਉਣ ਅਤੇ ਮੇਰੀ ਭੂਆ ਵੇਖ ਕੇ ਮੇਰੇ ਫੁੱਫੜ ਨੂੰ ਕਹਿੰਦੀ ਹਾਏ ਹਾਏ ਸ਼ਹਿਰਾਂ ਦੇ ਵਿੱਚ ਕਿਹੋ ਜਿਹਾ ਫੈਸ਼ਨ ਚੱਲਦਾ ਮੈਂ ਕਿਹਾ ਇਹੋ ਜਿਹੇ ਕੱਪੜੇ ਪਾਵਾਂ ਨਾ ਧਰਮ ਨਾ ਮੈਂ ਤਾਂ ਕਦੀ ਘਰੋਂ ਬਾਹਰ ਹੀ ਨਾ ਨਿਕਲਾਂ ਅਤੇ ਅੱਗੋਂ ਸਾਡਾ ਫੁੱਫੜ ਮੈਂ ਕਹਿੰਦਾ ਜੇ ਤੂੰ ਇਹੋ ਜਿਹੇ ਕੱਪੜੇ ਪਾਏ ਨਾ ਤਾਂ ਮੈਂ ਵੀ ਧਰਮ ਨਾਲ ਸਾਰੀ ਦਿਹਾੜੀ ਘਰੋਂ ਬਾਹਰ ਨਾ ਨਿਕਲਾਂ ਯਾਰ ਬਹੁਤ ਵਧੀਆ ਰਾਜੀਵ ਸਟਾਈਲ ਅੱਛਾ ਹੈ ਸ਼ੁਕਰਗੁਜ਼ਾਰ ਪ੍ਰੈਜੈਂਟੇਸ਼ਨ ਅੱਛੀ ਹੈ ਜ਼ਬਾਨ ਅਤੇ ਕਮਾਂਡ ਵੀ ਅੱਛੀ ਹੈ ਟਕਾ ਬੜਾ ਜਿੱਦਾਂ ਭੱਲਾ ਸਾਹਿਬ ਹੁਣੇ ਚੱਲਦੇ ਡਿਸਕਸ ਕਰ ਰਹੇ ਸੀ ਜਦੋਂ ਦਾ ਮੁੰਡਾ ਖੜਾ ਇਹਨੇ ਪੈਰ ਨਹੀਂ ਛੱਡੇ ਵਰਨਾ ਮਾੜਾ ਬੰਦਾ ਪੈਰ ਛੱਡ ਜਾਂਦਾ ਛੇਤੀ ਮੋਰਓਵਰ ਤੁਸੀਂ ਬਹੁਤ ਥੋੜ੍ਹੀ ਪ੍ਰੈਪਰੇਸ਼ਨ ਕੀਤੀ ਜਿਹੜਾ ਕਿ ਸਾਨੂੰ ਕੋਈ ਸ਼ਿਕਾਇਤ ਨਹੀਂ ਭਾਵੇਂ ਇੱਕ ਸੁਣਾਓ ਤੁਸੀਂ ਆਪਣੇ ਆਪ ਨੂੰ ਪ੍ਰਜੈਂਟ ਕਰਨਾ ਤੁਹਾਡੇ ਕੋਲ ਜਿੱਦਾਂ ਦਾ ਪ੍ਰੈਜੈਂਟੇਸ਼ਨ ਹੈ ਤੁਸੀਂ ਹੋਰ ਥੋੜ੍ਹਾ ਜਿਹਾ ਅਗਰ ਪਰਫਾਰਮ ਕਰਦੇ ਤਾਂ ਤੁਹਾਡੇ ਲਈ ਜ਼ਿਆਦਾ ਬਿਹਤਰ ਹੁੰਦਾ ਚਲੋ ਕੀਪ ਇਟ ਅਪ ਥੈਂਕ ਯੂ ਸਰ ਆਲ ਦਾ ਬੈਸਟ ਥੈਂਕ ਯੂ ਰਾਜੀਵ ਦੋਸਤੋ ਇੱਕ ਗੱਲ ਮੈਂ ਆਪਣੇ ਕੰਟੈਸਟੈਂਟਸ ਨੂੰ ਕਹਿਣਾ ਚਾਹਾਂਗੀ ਕਿ ਉਹਨਾਂ ਦੇ ਅੰਦਰ ਦੀ ਕਾਬਲੀਅਤ ਜੀ ਹਾਂ ਉਹਨਾਂ ਦੇ ਅੰਦਰ ਦੀ ਕਾਬਲੀਅਤ ਸਾਡੇ ਜੱਜਿਸ ਦੇ ਮਨ ਵਿੱਚ ਉਹਨਾਂ ਦੀ ਐਕਸਪੈਕਟੇਸ਼ਨਸ ਵਧਾ ਦਿੰਦੀ ਹੈ ਜੋ ਇੱਥੇ ਜਿੰਨਾ ਵਧੀਆ ਪਰਫੋਰਮ ਕਰਕੇ ਜਾਂਦਾ ਹੈ ਅਗਲੀ ਵਾਰ ਸਾਡੇ ਜੱਜਿਸ ਉਹਨਾਂ ਤੋਂ ਉਸ ਤੋਂ ਵੀ ਬਿਹਤਰ ਐਕਸਪੈਕਟ ਕਰਦੇ ਨੇ ਅਤੇ ਆਓ ਵੇਖਦੇ ਹਾਂ ਕਿ ਸਾਡੇ ਜੱਜਿਸ ਦੀ ਐਕਸਪੈਕਟੇਸ਼ਨਸ 'ਤੇ ਕਿੰਨੇ ਖਰੇ ਉਤਰਦੇ ਨੇ ਸਾਡੇ ਅਗਲੇ ਪਾਰਟਿਸਪੈਂਟ ਸੋ ਪਲੀਜ਼ ਵੈਲਕਮ ਰਵਿੰਦਰ ਕਵੀ ਸੋ ਦੋਸਤੋ ਸਾਡੀ ਮੇਨ ਬਾਜ਼ਾਰ ਦੇ ਵਿੱਚ ਬੜੀ ਤਗੜੀ ਦੁਕਾਨ ਹੈ ਜੀ ਤੁਸੀਂ ਪੁੱਛੋਗੇ ਕਾਹਦੀ ਕਬਾੜੀ ਇਹਦੀ ਹੋਰ ਕਾਹਦੀ ਤੁਸੀਂ ਕਹੋਗੇ ਇਹਦੇ ਵਿੱਚ ਦੱਸਣ ਵੇਲੀ ਕਿਹੜੀ ਗੱਲ ਹੈ ਮੈਂ ਕਹਾਂਗਾ ਜੀ ਜਨਾਬ ਮੇਰੀ ਸ਼ਕਲ ਤੋਂ ਲੱਗ ਰਿਹਾ ਮੈਂ ਕਬਾੜੀਆਂ ਵਾਂ ਪਰ ਫਿਰ ਵੀ ਮੈਂ ਇੱਕ ਵਾਰੀ ਪੱਕਿਆਂ ਕਰ ਦੇਣਾ ਚਾਹੁੰਦਾ ਸੀ ਕਿ ਮੈਂ ਕਬਾੜੀਆਂ ਹੀ ਹਾਂ ਸੋ ਗੱਲ ਇਸ ਤਰ੍ਹਾਂ ਕਿ ਮੈਂ 9:30 ਸਵੇਰੇ ਜਾ ਕੇ ਆਪਣੀ ਦੁਕਾਨ ਖੋਲ੍ਹੀਏ ਦੁਕਾਨ ਖੋਲ੍ਹੀਏ ਮੈਂ ਧੂਫ ਬੱਤੀ ਕੀਤੀ ਹੈ 10 ਵਜੇ ਇੱਕ ਪੰਜਾਬ ਪੁਲਿਸ ਦਾ ਬੰਦਾ ਆਇਆ ਮੈਂ ਕਿਹਾ ਜਨਾਬ ਕਿੱਧਰ ਉਹ ਕੁਛ ਨਹੀਂ ਐਵੇਂ ਵੱਡੇ ਮੁੰਡੇ ਦਾ ਬਰਥਡੇ ਸੀ ਅਤੇ ਮੈਂ ਕਿਹਾ ਪੈਸੇ ਦੀ ਘਾਟ ਆਣ ਡਈ ਹੈ ਅਤੇ ਨਾਕਾ ਲਾ ਕੇ ਖੜ ਜਾਣੇ ਸਾਡਾ ਇੱਥੇ ਕਿਹੜਾ ਜਾਣਾ ਕੁਝ ਮੈਂ ਕਿਹਾ ਜਨਾਬ ਉਹ ਆਪਣਾ ਫਿਰ ਕਾਪੀ ਪੈਨ ਵੀ ਚਾਹੀਦਾ ਹੋਣਾ ਉਹ ਤਾਂ ਚਾਹੀਦਾ ਹੀ ਹੈ ਸਹੁਰਿਆ ਦਰਸਾਉਣਾ ਨਹੀਂ ਉਹਨਾਂ ਨੂੰ ਲਿਖਣਾ ਕਰ ਦਿੱਤੇ ਆ ਲਓ ਜੀ ਇੰਨੀ ਗੱਲ ਕੀਤੀ ਹੈ ਇੱਕ ਵਿਚਾਰਾ ਗਰੀਬ ਸਬਜ਼ੀ ਵੇਚਣ ਵਾਲਾ ਆ ਗਿਆ ਐ ਕੇਲੇ ਆ ਗਏ ਖੀਰੇ ਆ ਗਏ ਇਹ ਤਰ੍ਹਾਂ ਆ ਗਈਆਂ ਉਹ ਪਤੰਦਰਾ
ਇਹ ਤੇਰੇ ਖੇਲਾ ਜਿਹੜੇ ਕੇਲੇ ਨੇ ਤੇ ਖੀਰੇ ਨੇ ਇਹਨਾਂ ਨੂੰ ਕੋਈ ਪੈਰ ਲੱਗੇ ਜਿਹੜੇ ਪਿੱਛੇ ਲੱਗੇ ਆਉਂਦੇ ਨੇ ਗੱਲ ਸੁਣੋ ਤੇਰਾ ਕਟੀਨਾ ਹੀ ਚਲਾਣ ਔਰ ਇੱਕ ਤੂੰ ਸੌ ਰਿਹਾ ਹੈਮਲੇਟ ਨਹੀਂ ਪਾਇਆ ਤੇ ਉੱਤੋਂ ਤੂੰ ਸ਼ਰਾਬ ਪੀਤੀ ਆ ਔਰ ਤੀਜੀ ਚੌਂਕ 'ਚ ਰੇਹੜੀ ਖੜੀ ਕਰਕੇ ਤੂੰ ਟ੍ਰੈਫਿਕ ਜਾਮ ਕੀਤੀ ਆ ਤੇਰਾ ਕਟੀਨਾ ਹੀ ਚਲਾਣ ਪਰ ਜਨਾਬ ਮੈਂ ਤਾਂ ਸਾਈਕਲ 'ਤੇ ਹਾਂ ਨਾ ਸਾਲਿਆ ਤੈਨੂੰ ਸਬਜ਼ੀ ਵੇਚਣ ਵਾਸਤੇ ਹੁਣ ਸਕਾਰਪੀਓ ਲੈ ਦਈਏ ਪਰ ਜਨਾਬ ਮੈਂ ਤਾਂ ਗਰੀਬ ਹਾਂ ਨਾ ਮੈਂ ਸਾਲਾ ਚੰਗਾ ਟਾਟੇ ਬਿਰਲੇ ਦਾ ਜਵਾਈ ਹਾਂ ਜਿਹੜਾ ਤੂੰ ਗਰੀਬ ਰਹਿ ਗਿਆ ਨੰਬਰ ਕੀ ਤੇਰਾ ਇਹ ਜਨਾਬ ਮੇਰਾ ਨੰਬਰ 98154536371 ਆ ਵੇਖ ਲਓ ਮੋਬਾਇਲ ਜੇਬ 'ਚ ਪਾਏ ਆ ਅਤੇ ਵੇਚਦਾ ਸਬਜ਼ੀ ਪਿਆ ਕਰ ਲਓ ਗੱਲ ਉਹ ਜਨਾਬ ਮੋਬਾਇਲ ਦਾ ਕੀ ਹੈ 5 ਕਿਲੋ ਮੂੰਗਫਲੀ ਖਰੀਦੋ ਨਾਲ ਮੋਬਾਇਲ ਫ੍ਰੀ ਮਿਲਣ ਰਹੇ ਨੇ ਜਨਾਬ ਲੈ ਦੇ ਕੇ ਨਹੀਂ ਹੋ ਸਕਦਾ ਉਹ ਲੈ ਦੇ ਕੇ ਨਹੀਂ ਹੋ ਸਕਦਾ ਅਸੀਂ ਕੀ ਸਹੁਰੇ ਸਰਕਾਰ ਨੇ ਸਾਨੂੰ ਇੱਥੇ ਮਿਹਨਤਾਂ ਕਰਨ ਵਾਸਤੇ ਰੱਖਿਆ ਹੈ ਸਰਕਾਰ ਸਾਨੂੰ ਮਿਹਨਤਾਂ ਕਰਦੇ ਪੈਸੇ ਦਿੰਦੀ ਤੇਰਾ ਕਟੀਨਾ ਹੀ ਚਲਾਣ ਜਨਾਬ ਚਲਾਣ ਪਰ ਤੁਸੀਂ ਮੇਰਾ ਜਨਾਬ ਸੋਚ ਕੇ ਜਨਾਬ ਤੁਸੀਂ ਮੇਰਾ ਚਲਾਨ ਨਹੀਂ ਕੱਟ ਸਕਦੇ ਇਹ ਤੇਰਾ ਚਲਾਨ ਨਹੀਂ ਕੱਟ ਸਕਦੇ ਤੇਰੀ ਸਾਈਕਲ 'ਤੇ ਸਹੁਰੇ ਲਾਲਬੱਤੀ ਲੱਗੀ ਤੇਰਾ ਚਲਾਨ ਨਹੀਂ ਕੱਟ ਸਕਦੇ ਤੇਰਾ ਕਟੀਨਾ ਹੀ ਚਲਾਣ ਜਨਾਬ ਚਲਾਨ ਛੱਡੋ ਤੁਸੀਂ 100 ਰੁਪਏ ਦਾ ਨੋਟ ਕੱਟ ਗਏ ਆਹ ਹਰੀਪਤੀ ਤੇ ਐ ਨਾ ਜੇ ਲਾਲਬੱਤੀ ਇੰਨੀ ਤੇ ਉਹ ਪਤੰਦਰਾ ਤੁਹਾਨੂੰ ਪਤਾ ਪੰਜਾਬ ਪੁਲਿਸ ਜਦੋਂ ਪੈਸੇ ਵੇਖ ਲੈਂਦੀ ਹੈ ਮੂੰਹ 'ਚ ਲਾਰਾਂ ਟਪਕਣ ਲੱਗ ਪੈਂਦੀਆਂ ਇੱਦਾਂ ਹੀ ਉਹਦੇ ਨਾਲ ਇੱਧਰ ਫੜਾ ਓਏ ਉਹ ਆ ਲਾਲਬੱਤੀ ਸਹੁਰੇ ਹਰੀਬੱਤੀ ਜਿਹੜੀ ਹੁੰਦੀ ਨਾ ਟਾਈਮ ਸਿਰ ਜਗਾ ਦਿਆ ਕਰੋ ਪੰਜਾਬ ਪੁਲਿਸ ਨੂੰ ਪਤਾ ਲੱਗਦਾ ਰਹਿੰਦਾ ਕਿਹੜਾ ਬੰਦਾ ਆਪਣਾ ਅਤੇ ਕਿਹੜਾ ਪਰਾਇਆ ਅੱਛਾ ਗੱਲ ਸੁਣ ਇੰਨੇ ਨੂੰ ਇੱਕ ਕੁੜੀ ਸਕੂਟਰੀ 'ਤੇ ਆਈ ਆਹ ਰੋਕ ਬੀਬੀ ਇੱਥੇ ਹੀ ਆਉਣ ਕੋਈ ਖਿੱਚ ਕੇ ਬ੍ਰੇਕ ਮਾਰੇ ਇੱਕ ਤੂੰ ਹੈਮਲੈਟ ਜਾਣੀ ਪਾਇਆ ਉਹ ਸਾਲਾ ਗੁੰਬਰ ਜਿਹਾ ਅਤੇ ਉੱਤੋਂ ਤੇਰੇ ਕੋਲ ਕਾਜਕ ਵੀ ਨਹੀਂ ਕਾਜਕ ਦਿਖਾ ਤੈਨੂੰ ਮੈਂ ਦੱਸਾਂ ਕਾਜਕ ਦਿਖਾ ਪਹਿਲਾਂ ਤੂੰ ਜਾਣਦੇ ਨਹੀਂ ਮੈਂ ਕੌਣ ਹੂੰ ਨਾ ਜਾਣਨ ਨੂੰ ਤੂੰ ਸਾਨੀਆ ਮਿਰਜਾ ਹੈਂ ਜਾਣਾ ਮੈਂ ਤੇਰੇ ਵਰਗੀਆਂ ਜਨਾਨੀਆਂ ਨੂੰ ਚਾਰ ਚਾਰ ਬੱਚੇ ਜੰਮ ਕੇ ਕਹਿਣਡੀਆਂ ਹੁੰਦੀਆਂ ਹੋਏ ਅਜੇ ਮੈਨੂੰ ਸੱਚਾ ਪਿਆਰ ਨਹੀਂ ਮਿਲਿਆ ਬਸ ਤੈਨੂੰ ਸੱਚਾ ਪਿਆਰ ਕੀ ਪੰਜਵਾਂ ਜੰਮ ਕੇ ਮਿਲਣਾ ਮੈਂ ਜਾਣਾ ਤੇਰੇ ਵਰਗੀਆਂ ਜਨਾਨੀਆਂ ਨੂੰ ਬਤਮੀਜ਼ ਤੂੰ ਜਾਣਦੇ ਨਹੀਂ ਮੈਂ ਕਿਤਨੇ ਉੱਚੇ ਖਾਨਦਾਨ ਸੇ ਹੂੰ ਉੱਚਾ ਖਾਨਦਾਨ ਤੇਰਾ ਖਾਨਦਾਨ ਸਾਲਾ ਖਜੂਰ ਤੇ ਰਹਿੰਦਾ ਉੱਚੇ ਖਾਨਦਾਨ ਤੂੰ ਗੱਲ ਸੁਣ ਲੈ ਮੈਂ ਕਿਹਾ ਕਾਜਕ ਲਿਆ ਕਿਥੇ ਨੇ ਲੱਗਦਾ ਹੈ ਤੂੰ ਅਭੀ ਵੀ ਨਹੀਂ ਸਮਝੇ ਕਿ ਮੈਂ ਕੌਣ ਹੂੰ ਉਹ ਮੈਂ ਜਾਣਨਾ ਤੇਰੇ ਵਰਗੀਆਂ ਕੁੜੀਆਂ ਨੂੰ ਟੀ ਵੀ 'ਤੇ ਆਣ ਕੇ ਕਹਿਣਡੀਆਂ ਹੁੰਦੀਆਂ ਨੇ ਧਿਆਨ ਰੱਖੀਏਗਾ ਹਮ ਆਪਕੇ ਘਰ ਕਿਸੇ ਵੀ ਵਕਤ ਆ ਸਕਦੇ ਹੈ ਉਹ ਪਾਪਾ ਸਾਡਾ 2 ਹਫ਼ਤੇ ਮੇਨ ਗੇਟ 'ਤੇ ਬੈਠਾ ਰਿਹਾ ਉਡੀਕ ਕਰਦਾ ਰਿਹਾ ਮੈਂ ਪਾਪਾ ਜੀ ਕੀ ਚੱਕਰ ਉਹ ਕਹਿੰਦਾ ਸੌ ਰਿਹਾ ਤੂੰ ਚੱਕਰ ਚੁੱਕਰ ਛੱਡ 1.5 ਲੀਟਰ ਵਾਲੀ ਕੋਕਾ ਕੋਲਾ ਦੀ ਬੋਤਲ ਫਟਾਫਟ ਲੈ ਗਿਆ ਮੈਂ ਕਿਹਾ ਪਾਪਾ ਜੀ ਕਿਉਂ ਉਹ ਮਸ਼ਹੂਰੀ ਨਹੀਂ ਵੇਖੀ ਵਾਦਾ ਕਰਕੇ ਗਈ ਉਹਨੇ ਕਿਸੇ ਵੇਲੇ ਵੀ ਆ ਜਾਣਾ ਮੈਂ ਤੈਨੂੰ ਦੱਸਾਂ ਇੱਕ ਗੱਲ ਪੱਕੀ ਹੈ ਜੇ ਉਹ ਆ ਗਈ ਨਾ ਆ ਦਾਦੀ ਤੇਰੀ ਨੂੰ ਤਾਂ ਤਲਾਕ ਮਿਲਿਆ ਹੀ ਸਮਝ ਲਓ ਜੀ 2 ਹਫ਼ਤੇ ਡੀਕਦਾ ਰਿਹਾ ਉਹ ਨਹੀਂ ਆਈ ਬਾਪੂ ਸਾਡਾ ਸੁੱਕ ਕੇ ਤੀਲਾ ਹੋ ਗਿਆ ਫਿਰ ਮੈਂ ਜਾ ਕੇ ਪੁੱਛਿਆ ਇਹ ਬਾਬਾ ਜੀ ਹੁਣ ਕੀ ਚੱਕਰ ਕੀ ਕਰਨਾ ਉਹ ਕਰਨਾ ਕੀ ਹੈ ਮੰਜੀ ਚੁੱਕੋ ਅਤੇ ਅੰਦਰ ਲੈ ਜਾਓ ਕਿਤੇ ਕੁੜੀ ਦੇ ਮਾਮਲੇ ਵਿੱਚ ਸਹੁਰੇ ਤੁਹਾਡੀ ਦਾਦੀ ਵੀ ਨਾ ਖੋ ਬੈਠਾ ਇੱਦਾਂ ਕਰੋ ਤੂੰ ਜਾਣਦੇ ਨਹੀਂ ਮੈਂ DSP ਕੇ ਭੈਣ ਹੂੰ ਉਹ ਜੇ ਤੂੰ DSP ਦੀ ਭੈਣ ਹੈ ਤੇ ਅਸੀਂ ਵੀ ਤੇ ਤੇਰੇ ਭਰਾ ਹੀ ਲੱਗੇ ਉਹ ਮੈਂ ਕਿਹਾ ਭੈਣ ਮੇਰੀ ਏ ਉਹ ਮੇਰੇ ਕੋਲ ਹੋ ਗਈ ਜੇ ਗਲਤੀ ਭੈਣ ਜੀ ਐਵੇਂ ਦੇ ਮਾਮਲੇ 'ਚ ਬੰਦਾ ਪਹਿਲੇ ਦੱਸ ਦਿੰਦਾ ਉਹ ਸ਼ਾਮ ਥਾਲਿਆ ਫਾਟਕ ਚੁੱਕ ਪਤਾ ਨਹੀਂ ਲੱਗਦਾ ਪੰਜਾਬ ਪੁਲਿਸ ਦੀ ਭੈਣ ਆਉਣ ਡਈ ਜੇ ਥੈਂਕ ਯੂ ਮੈਟਰ ਵਿੱਚ ਵਿੱਚ ਬਹੁਤ ਅੱਛਾ ਸੀ ਪਰ ਆਈਟਮ ਥੋੜ੍ਹੀ ਜਿਹੀ ਜ਼ਿਆਦਾ ਲੰਬੀ ਹੋਣ ਕਰਕੇ ਡਰੈਗ ਹੋ ਗਈ ਆ ਬਾਕੀ ਤੁਹਾਡੀ ਕੌਨਫੀਡੈਂਸ ਤੁਹਾਡੀ ਡਿਲੀਵਰੀ ਬਾਡੀ ਲੈਂਗੁਏਜ ਆਪਟੀਮਮ ਸੀ ਸਭ ਕੁਛ ਰਵਿੰਦਰ ਮੈਂ ਤੁਹਾਨੂੰ ਪਹਿਲਾਂ ਵੀ ਦੇਖਿਆ ਹੋਇਆ ਜੀ ਸਰ ਔਰ ਅੱਜ ਵੀ ਦੇਖਿਆ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਤੂੰ ਅੱਜ ਪਹਿਲੇ ਕੋਲੋਂ ਬੈਟਰ ਕੰਮ ਕੀਤਾ ਡੈਫੀਨੇਟਲੀ ਤੂੰ ਬੜਾ ਇੰਪਰੂਵ ਕੀਤਾ ਆਈ ਐਮ ਵੈਰੀ ਹੈਪੀ ਅਬਾਊਟ ਇਟ ਓਕੇ ਸਰ ਥੈਂਕ ਯੂ ਤੇ ਆਓ ਵੇਖਦੇ ਹਾਂ ਕਿ ਅੱਗੇ ਉਹ ਸਾਡੀ ਉਮੀਦਾਂ ਤੇ ਕਿੰਨੇ ਕੁ ਖਰੇ ਉਤਰਦੇ ਨੇ ਸੋ ਪਲੀਜ਼ ਵੈਲਕਮ ਜਸਵੰਤ ਸਿੰਘ ਅਰਜ਼ ਹੈ ਆਸ਼ਿਕ ਆਸ਼ਿਕ ਹਰ ਕੋਈ ਕਹਿੰਦਾ ਆਸ਼ਿਕ ਹਰ ਕੋਈ ਕਹਿੰਦਾ ਆਸ਼ਕ ਹੁੰਦੇ ਨੇ ਗੱਪੀ ਗੱਲਾਂ ਨਾਲ ਸਮੁੰਦਰ ਟੱਪਦੇ ਭਾਵੇਂ ਨਾਲੀ ਜਾਵੇ ਨਾ ਟੱਪੀ ਮੇਰੇ ਕਹਿਣ ਦਾ ਮਤਲਬ ਆ ਆਸ਼ਕਾਂ ਦੀ ਗੱਲ ਕਰਨਾ ਮੈਂ ਆਸ਼ਕਾਂ ਦੀ ਗੱਲ ਕਰਨ ਜਾ ਰਿਹਾ ਕਿ ਪਹਿਲਾ ਟਾਈਮ ਹੁੰਦਾ ਸੀਗਾ ਜਦੋਂ ਲੋਕ ਇਸ਼ਕ ਲਈ ਪਿਆਰ ਲਈ ਆਪਣੀ ਜਾਨ ਤੱਕ ਦੇ ਦਿੰਦੇ ਸੀ ਪਰ ਅੱਜ ਕੱਲ੍ਹ ਪਿਆਰ ਦਾ ਸਟੈਂਡਰਡ ਬਹੁਤ ਗਿਰ ਗਿਆ ਅੱਜ ਕੱਲ੍ਹ ਦੇ ਆਸ਼ਕਾਂ ਨੂੰ ਜੋ ਮੈਂ ਅਬਜ਼ਰਵ ਕੀਤਾ ਇਹ ਬੱਸ ਅੱਡੇ ਦੇ ਸਾਹਮਣੇ ਪਾਏ ਜਾਂਦੇ ਆ ਜਦੋਂ ਬੱਸ ਵਿੱਚ ਜਾਂਦੇ ਆ ਸਭ ਤੋਂ ਪਹਿਲਾਂ ਦੇਖਦੇ ਆ ਕੁੜੀ ਕਿੱਥੇ ਬੈਠੀ ਆ ਬੱਸ ਖਾਲੀ ਹੁੰਦੀ ਆ ਦੇਖੀ ਨਹੀਂ ਉਹ ਸੋਨੀ ਓਏ ਭਰੀ ਪਈ ਬੱਸ ਚਲੇ ਗਏ ਚੰਗੀ ਭਲੀ ਸੀਟ 'ਤੇ ਬੈਠੇ ਹੁੰਦੇ ਬੁੱਢਾ ਖੜਾ ਹੋਵੇ ਬਜ਼ੁਰਗ ਖੜਾ ਉਹਨੂੰ ਸੀਟ ਨਹੀਂ ਦੇਣਗੇ ਕੁੜੀ ਹੋਵੇ ਮੈਡਮ ਬੈਠੋ ਪਲੀਜ਼ ਬੈਠੋ ਕੋਈ ਨਹੀਂ ਆਪ ਡੰਡਾ ਫੜ ਕੇ ਖੜੇ ਹੋ ਜਾਂਦੇ ਹੁਣ ਫਿਰ ਥੱਲੇ ਟੀ ਸ਼ਰਟ ਕਰਕੇ ਰਿਸਪੋਂਸ ਭਾਲਦੇ ਆ ਡੋਲੇ ਦਿਖਾ ਕੇ
ਗੱਲ ਨਹੀਂ ਬਣਦੀ, ਇਹ ਤਾਂ ਇਹਨਾਂ ਦਾ ਹਾਲ ਆ। ਮੇਰਾ ਦੋਸਤ ਵੈਲੰਟਾਈਨ ਡੇ 'ਤੇ ਕੁੜੀ ਨੂੰ ਬਿਠਾ ਕੇ ਜਾਣ ਡਿਆ ਪਿੱਛੇ, ਉਹਦੇ ਦੋਸਤ ਨੇ ਅੱਗੋਂ ਕਿਸੇ ਨੇ ਦੇਖ ਲਿਆ, ਪੁੱਛਦਾ ਅਗਲੇ ਦਿਨ ਓਏ ਉਹ ਕੁੜੀ ਕੌਣ ਸੀਗੀ? ਉਹ ਯਾਰ ਮੇਰੀ ਕਜ਼ਨ ਸੀ। ਕਜ਼ਨ ਹੱਸਦਾ ਕਿਉਂ ਪਿਆ ਰਿਹਾ? ਹੱਸਣ ਵਾਲੀ ਕਿਹੜੀ ਗੱਲ ਆ, ਪਿਛਲੇ ਸਾਲ ਮੇਰੀ ਕਜ਼ਨ ਸੀ ਉਹ। ਸੋ ਦੋਸਤ ਦੋਸਤ ਨੂੰ ਕਹਿ ਰਿਹਾ, ਮਤ ਕਰ ਆਪਣੀ ਸਹੇਲੀ ਸੇ ਮੁਹੱਬਤ ਵੋ ਆਂਖੋਂ ਸੇ ਵਾਰ ਕਰਤੀ ਹੈ, ਮੈਨੇ ਉਨੀ ਆਂਖੋਂ ਮੈਂ ਦੇਖਾ ਹੈ ਵੋ ਮੁਝਸੇ ਵੀ ਪਿਆਰ ਕਰਤੀ ਹੈ। ਵਿਸ਼ਵਾਸ ਦੀ ਕਮੀ ਹੋ ਗਈ ਆ। ਮੁੰਡਾ ਕੁੜੀ ਨੂੰ ਕਹਿਣ ਡਿਆ, ਡਾਰਲਿੰਗ ਸੋਰੀ ਮੈਂ ਤੇਰੇ ਨਾਲ ਵਿਆਹ ਨਹੀਂ ਕਰਾ ਸਕਦਾ। ਕੀ? ਮੈਂ ਤੇਰੇ ਕਰਕੇ ਸਾਰਾ ਕੁਝ ਛੱਡਤਾ, ਆਪਣੇ ਘਰ ਛੱਡਤਾ, ਤੂੰ ਮੈਨੂੰ ਇਹ ਕਹਿ ਰਿਹਾ ਕਿਉਂ ਨਹੀਂ ਵਿਆਹ ਕਰਾ ਸਕਦਾ? ਡਾਰਲਿੰਗ ਮੇਰੇ ਘਰਦੇ ਨਹੀਂ ਮੰਨਦੇ ਪਏ। ਕੌਣ ਆ ਤੇਰੇ ਘਰੇ? ਇੱਕ ਬੀਵੀ ਆ, ਦੋ ਬੱਚੇ ਆ, ਵਿਆਹ ਵਾਲੇ ਬੰਦੇ ਛੱਡਦੇ ਪਏ। ਦੱਸੋ, ਮੇਰਾ ਇੱਕ ਦੋਸਤ ਮਿਲ ਗਿਆ ਕਈ ਸਾਲਾਂ ਬਾਅਦ, ਅਚਾਨਕ ਮੈਂ ਦੇਖਿਆ ਬੜਾ ਉਦਾਸ। ਮੈਂ ਕਿਹਾ ਕੀ ਗੱਲ ਹੋ ਗਈ ਓਏ, ਉਦਾਸ ਕਿਉਂ? ਯਾਰ ਤੈਨੂੰ ਤਾਂ ਪਤਾ ਮੈਂ ਲਵ ਮੈਰਿਜ ਕਰਾ ਲਈ। ਯਾਰ ਲਵ ਮੈਰਿਜ ਕਿਆ, ਖੁਸ਼ ਹੋ? ਜੇ ਨਾ ਪਿਆਰ ਕੀਤਾ ਉਹਨਾਂ ਵਿਆਹ ਕਰਾ ਲਿਆ, ਚ ਉਦਾਸ ਹੋਣੇ ਕਿਹੜੀ ਗੱਲ, ਖੁਸ਼ ਹੋ? ਯਾਰ ਮੈਂ ਐਕਚੁਅਲੀ ਨੇਪਾਲਾਂ ਨਾਲ ਵਿਆਹ ਕਰਾਇਆ ਸੀਗਾ, ਨੇਪਾਲੀ ਕੁੜੀ ਨਾਲ। ਉਹ ਮੈਂ ਕਿਹਾ ਜਰਾ ਤਾਂ ਸੋਹਣੀਆਂ ਬੜੀਆਂ ਹੁੰਦੀਆਂ ਗੋਰੀਆਂ ਚੱਟੀਆਂ, ਤੈਨੂੰ ਕਾਲੇ ਕਲੂਟੇ ਨੂੰ ਸੋਹਣੀ ਜਨਾਨੀ ਮਿਲ ਗਈ, ਹੋਰ ਕੀ ਚਾਹੀਦਾ? ਯਾਰ ਵੇ ਸਾਲ ਬਾਅਦ ਸਾਡੇ ਮੁੰਡਾ ਹੋ ਗਿਆ। ਮੈਂ ਕਿਹਾ ਯਾਰ ਖੁਸ਼ ਹੋਵੇ, ਪਾਰਟੀ ਦਾ ਮੁੰਡਾ ਹੋ ਗਿਆ, ਕੀ ਹੋ ਗਿਆ? ਕਹਿੰਦਾ ਮੁੰਡਾ ਹੁਣ ਬੋਲਣ ਲੱਗ ਪਿਆ। ਮੈਂ ਕਿਹਾ ਤੂੰ ਕੀ ਜਾਣਾ ਭੌਂਕੇ ਅਤੇ ਬੋਲਣਾ ਹੀ ਆ ਉਹਨੇ, ਯਾਰ ਹੱਦ ਹੋ ਗਈ ਤੇਰੇ ਵਾਲੀ, ਉਦਾਸ ਕਿਉਂ? ਯਾਰ ਇਹੀ ਤਾਂ ਰੋਣਾ, ਜਦੋਂ ਮੈਂ ਉਹਨੂੰ ਕਹਿੰਦਾ ਬੇਟੇ ਵੱਡਾ ਹੋ ਕੇ ਕੀ ਬਣੇਗਾ, ਇੱਕੋ ਗੱਲ ਕਹਿੰਦਾ, ਊ ਸ਼ਾਬ ਜੀ ਮਾਈ ਤੋਂ ਵਾਚਮੈਨ ਬਣੇਗਾ। ਕਹਿੰਦਾ ਭਰਾਵਾ ਹੋਰ ਦੱਸ, ਤੂੰ ਆਪ ਲੈ ਮੇਰੀ ਕਰਾਈ ਹੁਣ, ਬਣ ਗੋਰਖੇ ਦਾ ਪਿਓ। ਇਹ ਤਾਂ ਹਾਲ ਆ। ਸੋ ਇਹ ਆਸ਼ਕੀ ਦੀਆਂ ਗੱਲਾਂ, ਆਸ਼ਕੀ ਦੀਆਂ ਗੱਲਾਂ ਕਾਲਜਾਂ ਸਕੂਲਾਂ 'ਚ ਮਿਲਦੀਆਂ ਆ, ਇਸ ਕਰਕੇ ਮੈਨੂੰ ਕਾਲਜ ਦਾ ਪਹਿਲਾ ਦਿਨ ਯਾਦ ਆ ਗਿਆ, ਜਦੋਂ ਕਾਲਜ ਦੇ ਪਹਿਲੇ ਦਿਨ ਅਸੀਂ ਬੈਠੇ, ਸਾਰੇ ਮੁੰਡੇ ਆਪਾਂ ਡਿਸਕਸ ਕਰ ਰਹੇ, ਪ੍ਰੋਫੈਸਰ ਸਾਹਿਬ ਨੇ ਆਉਣਾ ਸੀਗਾ, ਅਤੇ ਸਾਰੇ ਮੁੰਡੇ ਕਹਿੰਦੇ ਉਹ ਇੱਦਾਂ ਕਰਦੇ ਹਾਂ ਯਾਰ, ਆਪਣੇ ਆਪਣੇ ਲਵ ਐਕਸਪੀਰੀਅੰਸ ਬਾਰੇ ਦੱਸੋ। ਮੈਂ ਕਿਹਾ ਮੈਨੂੰ ਨਾ ਪੁੱਛੋ ਭਰਾਵਾ, ਮੈਂ ਕਿਹਾ ਮੈਂ ਤਾਂ ਕਾਮੇਡੀ ਕਰਦਾ, ਮੈਨੂੰ ਕੋਈ ਕੁੜੀ ਸੀਰੀਅਸਲੀ ਲੈਂਦੀ ਨਹੀਂ। ਇੱਕ ਦੋ ਕੁੜੀਆਂ ਨੂੰ ਮੈਂ ਪ੍ਰਪੋਜ਼ ਮਾਰਿਆ ਵੀ, ਕਹਿੰਦੀ ਚੁਲ ਕੋਈ ਹੋਰ ਜੋਕ ਸੁਣਾ, ਚੁਟਕਲਾ ਵਧੀਆ ਨਹੀਂ ਸੀ। ਮੈਂ ਕਿਹਾ ਹੱਦ ਹੈਗੀ ਯਾਰ, ਮੈਂ ਕਿਹਾ ਆਪੀ ਹਿਸਾਬ ਲੈ ਲਓ। ਕਹਿੰਦਾ ਤੇਰੀ ਫਿਰ ਜੇਬ 'ਤੇ ਗੁਲਾਬ ਦਾ ਫੁੱਲ ਉਹ ਕਿੱਥੋਂ ਲਿਆ? ਮੈਂ ਕਿਹਾ ਤਾਂ ਮੈਨੂੰ ਯਾਰ ਫੁੱਲਾਂ ਵਾਲਿਆਂ ਨੇ ਦਿੱਤਾ। ਕਹਿੰਦਾ ਫੁੱਲਾਂ ਵਾਲੇ ਨੇ? ਮੈਂ ਕਿਹਾ ਮੈਂ ਜਾਣ ਡਈ ਫੁੱਲਾਂ ਵਾਲਾ। ਕਹਿੰਦਾ ਬਾਊ ਜੀ ਫੁੱਲ ਲੈ ਜਾਓ। ਮੈਂ ਕਿਹਾ ਕੀ ਕਰਾਂਗਾ? ਬਾਊ ਜੀ ਵੋਟੀ ਵਾਸਤੇ। ਉਹ ਮੈਂ ਕਿਹਾ ਮੇਰਾ ਵਿਆਹ ਨਹੀਂ ਹੋਇਆ, ਬਾਊ ਜੀ ਸਹੇਲੀ ਵਾਸਤੇ ਲੈ ਜਾਓ। ਉਹ ਮੈਂ ਕਿਹਾ ਮੇਰੀ ਕੋਈ ਸਹੇਲੀ ਨਹੀਂ। ਅੱਛਾ ਤੁਹਾਡੇ ਤੋਂ ਖੁਸ਼ ਨਹੀਂ ਸੀ ਕਿਹੜਾ? ਆ ਲਓ ਮੇਰੇ ਲਈ ਗਿਫਟ। ਮੈਂ ਕਿਹਾ ਮੈਂ ਤਾਂ ਲਾ ਕੇ ਘੁੰਮ ਰਿਹਾ। ਮੈਂ ਤੁਸੀਂ ਆਪਾਂ ਡਿਸਕਸ ਕਰ ਲਓ ਹੁਣ, ਸਾਰੇ ਸ਼ਾਇਰਾਂ ਅੰਦਾਜ਼ ਕਲਾਸ ਦੇ ਵਿੱਚ ਡਿਸਕਸ ਕਰ ਰਹੇ ਆ ਕਿੱਦਾਂ ਪਹਿਲਾਂ ਆਇਆ। ਭਰਾਵਾ ਸਿੱਧੀ ਗੱਲ ਦੱਸੀ, ਆਪਣੀ ਤਾਂ ਛੱਡ ਕੇ ਚੱਲ ਗਈ। ਇਹੀ ਕਹਾਂਗੇ, ਜਵਾਨੀ ਕੇ ਦਿਨ ਚਮਕੀਲੇ ਹੋ ਗਏ, ਹੁਸਨ ਕਵਾਰ ਨੁਕੀਲੇ ਹੋ ਗਏ, ਹਮ ਆਪਣੇ ਪਿਆਰ ਕਾ ਇਜ਼ਹਾਰ ਕਰਨ ਮੇਂ ਜ਼ਰਾ ਸੇ ਢੀਲੇ ਹੋ ਗਏ, ਇਤਨੇ ਮੇਂ ਉਨਕੇ ਹਾਥ ਕਹੀਂ ਔਰ ਪੀਲੇ ਹੋ ਗਏ। ਵਾਹ 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 ਇੱਕ ਆਏ, ਇੱਕ ਆਏ ਕਹਿੰਦਾ ਯਾਰ ਮੇਰਾ ਵੀ ਕੋਈ ਇੱਦਾਂ ਦਾ ਹਾਲ ਆ, ਮੈਂ ਥੋੜ੍ਹੀ ਟ੍ਰੈਜਡੀ ਆ। ਕਹਿੰਦਾ ਹਾਂ, ਲੋਕ ਪਿਆਰ ਕਰਤੇ ਹੈ ਬੜੇ ਸ਼ੋਰ ਕੇ ਸਾਥ, ਹਮਨੇ ਵੀ ਕੀਆ ਬੜੇ ਜ਼ੋਰ ਕੇ ਸਾਥ, ਅਬ ਕਰੇਂਗੇ ਗੌਰ ਕੇ ਸਾਥ, ਕਿਉਂਕਿ ਕੱਲ੍ਹ ਦੇਖ ਲਿਆ ਉਸਕੋ ਕਿਸੇ ਔਰ ਕੇ ਸਾਥ। ਵਾਹ 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 ਇੱਕ ਆਏ, ਦੋ ਪਤੰਦਰੋ ਕੁੜੀਆਂ ਵੀ ਕੋਈ ਚੀਜ਼ ਆ, ਐਵੇਂ ਨਹੀਂ ਮੰਨੀਦਾ ਹੁੰਦਾ। ਹੁਣ ਸਾਨੂੰ ਤਾਂ ਸਾਡੀ ਸ਼ਾਹ ਘਰੇ ਛੱਡ ਕੇ ਚੱਲ ਗਈ, ਅਸੀਂ ਮੰਨੇ ਅਸੀਂ ਛੇ ਲਿਖਤੇ ਦੋ ਲੈਣਾ ਦੱਸਾਂਗਾ। ਉਹ ਤੂੰ ਚਲੀ ਗਈ ਇੰਗਲੈਂਡ ਯਾਰਾਂ ਦਾ ਵਜਾ ਕੇ ਬੈਂਡ, ਤੂੰ ਚਲੀ ਗਈ ਇੰਗਲੈਂਡ ਯਾਰਾਂ ਦਾ ਵਜਾ ਕੇ ਬੈਂਡ, ਤੂੰ ਕੀ ਸੋਚਿਆ ਯਾਰ ਤਬਾਹ ਹੋ ਗਏ? ਇੱਕ ਵਾਰ ਲੁਧਿਆਣੇ ਆ ਕੇ ਦੇਖ, ਯਾਰਾਂ ਦੇ ਦੋ ਦੋ ਵਿਆਹ ਹੋ ਗਏ, ਬੱਲੇ 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 ਵਾਹ 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 ਵਾਹ। ਨਾਲ ਹੀ ਪ੍ਰੋਫੈਸਰ ਸਾਹਿਬ ਆ ਗਏ, ਓਏ ਕੰਜਰੋ ਕੁਛ ਅੱਜ ਦੀ ਗੱਲ ਕਰ ਲਓ, ਇੱਥੇ ਕੁੜੀਆਂ ਚਿੜੀਆਂ ਦੀ ਗੱਲ ਕਰਨ ਆਏ ਹੋ? ਉੱਤੇ ਨਾ ਹੋਵੇ ਤੇ ਖਬਰਦਾਰ, ਜੇ ਕੁੜਚੜੀ ਦੀ ਗੱਲ ਹੋਈ, ਕਿਤਾਬਾਂ ਤੋਂ ਇਲਾਵਾ ਪੜ੍ਹਾਈ ਤੋਂ ਇਲਾਵਾ ਕੋਈ ਗੱਲ ਨਹੀਂ ਹੋਏਗੀ, ਬਕਵਾਸ ਕਰਦੇ ਆ। ਜੇ ਤੁਹਾਡੇ ਮਨ 'ਚ ਕੋਈ ਕਨਫਿਊਜ਼ਨ ਆ ਮੈਨੂੰ ਪੁੱਛ ਸਕਦਾ। ਹਾਂ ਬਈ ਕੀ ਕਹਿਣਾ ਚਾਹੁੰਦਾ? ਸਰ ਜੀ ਐਕਚੁਅਲੀ ਜੀ ਮੈਂ ਇੱਕ ਕੁੜੀ ਨਾਲ ਪਿਆਰ ਕਰਦਾ। ਬੇਟੇ ਭੋਲਾ ਪਾਣਾ ਭੋਲਾ ਪਾਣਾ, ਉਮਰ ਦੀ ਨਜ਼ਾਕਤ ਆ, ਬਹਿ ਜਾ। ਹਾਂ ਬਈ ਤੂੰ? ਸਰ ਜੀ ਮੈਂ ਦੋ ਕੁੜੀਆਂ। ਬੇਟੇ ਆਪਣਾ ਪਾਣਾ ਕਰੇ, ਮਾਂ ਭੈਣ ਹੈਗੀ ਆ, ਬਹਿ ਜਾਓ। ਹਾਂ ਬਈ ਤੂੰ ਦੱਸ? ਸਰ ਜੀ ਆਪਾਂ ਨੂੰ ਤਿੰਨ ਕੁੜੀਆਂ। ਬੇਟੇ ਪਾਗਲ ਪਾਣਾ ਆਪਣਾ ਇਲਾਜ ਕਰਾਓ। ਹਾਂ ਬਈ ਤੂੰ ਦੱਸ? ਸਰ ਜੀ ਆਪਾਂ ਚਾਰ ਕੁੜੀਆਂ। ਬੇਟੇ ਇਹ ਹੈਗਾ ਤੇਰਾ ਦੀਵਾਨਾਪਨ, ਆਪਣੇ ਨੂੰ ਸੰਭਾਲੋ। ਤੂੰ ਦੱਸ ਬਈ? ਉਹਨੇ ਸਿਰੇ ਲਾ ਤੀ। ਸਰ ਜੀ ਆਪਾਂ ਤਾਂ ਸਾਰੀਆਂ ਕੁੜੀਆਂ ਬਾਹਰ ਨਿਕਲ ਜਾਓ, ਇਹ ਕਮੀਨਾ ਪਾਣਾ, ਖਬਰ ਲੈ ਤੇ ਅੰਦਰ ਬੜਿਆ, ਖਬਰ ਲੈ ਤੇ ਅੰਦਰ ਬੰਦਰ ਉੱਥੇ ਬੜਿਆ, ਬਕਵਾਸ ਕਰਦੇ ਆ। ਮੈਂ ਕਿਹਾ ਸਰ ਜੀ ਕੂਲ ਡਾਊਨ ਕੂਲ ਡਾਊਨ, ਦੇਖੋ ਲਵ ਇਜ਼ ਗੋਡ, ਸਾਰੇ ਫਿਲੋਸਫੀ ਕਹਿੰਦੇ ਪਿਆਰ, ਪਿਆਰ ਲਈ ਤਾਂ ਬੰਦਾ ਜ਼ਮੀਨ 'ਤੇ ਆਉਂਦਾ, ਇੱਥੇ ਜਨਮ ਲੈਂਦਾ। ਚਲੋ ਚੱਲ, ਵੱਡਿਆ ਫਿਲੋਸਫਰਾ ਆਇਆ ਇੱਥੇ ਪਿਆਰ ਵਾਲਾ, ਇਹ ਪਿਆਰ ਪੁਰ ਕਿਤਾਬੀ ਗੱਲਾਂ ਫਿਲਮੀ ਗੱਲਾਂ ਆ। ਹਮੇਸ਼ਾ ਬੰਦਾ ਰੋਟੀ ਲਈ ਜਿੰਦਾ ਆ, ਢਿੱਡ ਲਈ ਜਿੰਦਾ ਆ, ਪਿਆਰ ਪੁਰ ਕੁਛ ਨਹੀਂ ਹੁੰਦਾ। ਮੈਂ ਕਿਹਾ ਸਾਬਿਤ ਕਰਕੇ ਦਿਖਾਓ। ਅਤੇ ਲਓ ਜੀ ਉਹਨਾਂ ਨੇ ਕਲਾਸ 'ਚ ਚੂਹਾ ਮੰਗਾ ਲਿਆ, ਪਿੰਜਰੇ 'ਚ ਬੰਦ ਕਰਤਾ ਅਤੇ ਸਾਹਮਣੇ ਚੂਹੀ ਰੱਖਤੀ ਨਾਲ ਰੋਟੀ ਦੇ ਟੁਕੜੇ। ਕਹਿੰਦਾ ਦੇਖੋ ਹੁਣ ਮੈਂ ਪਿੰਜਰਾ ਖੋਲਾਂਗਾ, ਜੇ ਤਾਂ ਚੂਹੀ ਆ ਚੂਹੀ ਵੱਲ ਗਿਆ ਫਿਰ ਮੈਂ ਤਾਂ ਪਿਆਰ ਦਾ ਭੁੱਖਾ, ਜੇ ਰੋਟੀ ਵੱਲ ਗਿਆ ਇਹਦਾ ਮਤਲਬ ਰੋਟੀ ਦਾ ਭੁੱਖਾ। ਲਓ ਜੀ ਚੂਹਾ ਬਾਹਰ ਆਇਆ, ਚੂਹੀ ਵੱਲ ਦੇਖਿਆ ਨਹੀਂ ਜਾ ਕੇ ਰੋਟੀ ਖਾਣ ਲੱਗ ਗਿਆ। ਸਾਬਿਤ ਹੋ ਗਿਆ ਜੀ ਪਿਆਰ ਦਾ ਭੁੱਖਾ ਨਹੀਂ ਰੋਟੀ।
ਇੱਕ ਗੱਲ ਬਹੁਤ ਵਧੀਆ ਕਹੀ ਆ ਤੂੰ ਇਹਦੇ ਵਿੱਚ ਵੀ ਜਿਹੜਾ ਕਮੇਡੀਅਨ ਹੁੰਦਾ ਉਹਦੀ ਸਭ ਤੋਂ ਵੱਡੀ ਟ੍ਰੈਜਡੀ ਇਹੀ ਹੁੰਦੀ ਆ ਵੀ ਜਦੋਂ ਸੀਰੀਅਸਲੀ ਗੱਲ ਕਰਦਾ ਉਹਨੂੰ ਮਜ਼ਾਕ 'ਚ ਲੈ ਜਾਂਦੇ ਆ ਜਦੋਂ ਮਜ਼ਾਕ 'ਚ ਗੱਲ ਕਰਦਾ ਉਹਨੂੰ ਸੀਰੀਅਸ ਲੈ ਬਿਲਕੁਲ ਮੈਨਾਂ ਹੋਇਆ ਜੀ ਮੈਂ ਤਾਂ ਹੀ ਪੇਸ਼ ਕੀਤੀ ਆ ਲੱਗ ਰਿਹਾ ਅਜੇ ਹੋਰ ਵੀ ਬੜੀਆਂ ਹੋਣੀਆਂ ਤੇਰੇ ਨਾਲ ਸੋਚਿਆ ਬਣਨਾ ਕਮੇਡੀਅਨ ਆ ਲਾਈਫ 'ਚ ਮੈਨੂੰ ਬਹੁਤ ਕੁਛ ਹੋਣਾ ਤੇਰੇ ਨਾਲ ਜੀ ਬਾਕੀ ਜਿਹੜਾ ਸ਼ਿਰੋ ਸ਼ਾਰੀ ਵਾਲਾ ਤੁਹਾਡਾ ਅੰਦਾਜ਼ ਸੀ ਉਹਦੇ ਵਿੱਚ ਪੰਚ ਵੀ ਸੀ ਕਾਮੇਡੀ ਵੀ ਸੀ ਥੈਂਕ ਯੂ ਸਰ ਅਤੇ ਐਕਸਪ੍ਰੈਸ਼ਨ ਵੀ ਤੁਹਾਡੇ ਅੱਛੇ ਸੀ ਅਤੇ ਮੋਰ ਓਵਰ ਕਲਾਈਮੈਕਸ ਤੁਹਾਡੀ ਸਕਿੱਟ ਦਾ ਬਹੁਤ ਅੱਛਾ ਖੁਸ਼ੀ ਦੀ ਗੱਲ ਹੈ ਕਿ ਪਰਫਾਰਮੈਂਸ ਜਾਂਦਾ ਜਾਂਦਾ ਬਿਲਡ ਕਰ ਗਿਆ ਤੂੰ ਜਿੱਦਾਂ ਆਮ ਤੌਰ 'ਤੇ ਮੁੰਡੇ ਛੱਡ ਜਾਂਦੇ ਆ ਨਾ ਸ਼ੁਰੂ ਡਰ ਗਏ ਸੀ ਅਸੀਂ ਵੈਸੇ ਤੁਹਾਨੂੰ ਦੇ ਕੇ ਮੈਨੂੰ ਪੈਰ ਜਮਾਉਣ 'ਚ ਥੋੜ੍ਹਾ ਟਾਈਮ ਲੱਗ ਗਿਆ ਫਰਕ ਤਾਂ ਪੈਂਦਾ ਜਿਹਨਾਂ ਨੂੰ ਆਈਡਲ ਮੰਨ ਕੇ ਇੱਥੇ ਤੱਕ ਪਹੁੰਚੇ ਹਾਂ ਨਹੀਂ ਨਹੀਂ ਕੋਈ ਨਹੀਂ ਇੱਦਾਂ ਪੈਰ ਜੰਮੇ ਹੋਣੇ ਲਈ ਪੂਰਾ ਜੰਮ ਜਾਣਾ ਤੂੰ ਪਰਫਾਰਮੈਂਸ ਤੁਹਾਡੀ ਲੱਗ ਰਹੀ ਹੈ ਤੁਹਾਡੇ ਪਹਿਲੇ ਰਾਊਂਡ ਨਾਲੋਂ ਵੀ ਬੈਟਰ ਸੀ ਅੱਛਾ ਸੀ ਔਰ ਮੈਂ ਉਹੀ ਚਾਹੁੰਦਾ ਸੀ ਕਿ ਪੂਰਾ ਜੰਮ ਪ੍ਰੀ ਮੈਚਿਓਰ ਦਾ ਕੋਈ ਫਾਇਦਾ ਨਹੀਂ ਹੁੰਦਾ ਚੰਗੀ ਤਰ੍ਹਾਂ ਜੰਮਿਆ ਤੂੰ ਹੁਣ ਲਾਸਟ 'ਤੇ ਇਟ ਵਾਜ਼ ਵੈਰੀ ਗੁੱਡ ਬਸ ਮੈਂ ਇਹੀ ਕਹਾਂਗਾ ਕਿ ਸ਼ਾਬਾਸ਼ ਥੈਂਕ ਯੂ ਸਰ ਕਿਉਂਕਿ ਮੈਨੂੰ ਤੇਰੇ ਕੋਲੋਂ ਬਹੁਤ ਉਮੀਦਾਂ ਹੈ ਔਰ ਤੇਰੇ ਅੰਦਰ ਇੱਕ ਤੇਰੀਆਂ ਅੱਖਾਂ ਬੜੀਆਂ ਕਮਾਲ ਬੋਲਦੀਆਂ ਤੇਰੀ ਜ਼ੁਬਾਨ ਬੜੀ ਸਾਫ਼ ਬੋਲਦੀ ਹੈ ਤੇਰੇ ਸਾਰੇ ਐਕਸਪ੍ਰੈਸ਼ਨ ਬੜੇ ਚੰਗੇ ਹੈ ਤੇਰਾ ਜਿਹੜਾ ਸਾਰਾ ਸਟਾਈਲ ਹੈ ਮੈਨੂੰ ਬੜਾ ਪਸੰਦ ਹੈ I am very happy with you. Thank you, sir. God bless you. Thank you. This was an excellent performance by Jaswant Singh. Dosto Jaswant ne koshish te puri kiti hai pichli vaar nalo vi vadhiya performance dein di te judges nu impress karan di and we must appreciate that. Aur vekhde han ki sade aan wale participant aaj de agle quarter finalist ki unhan ne pichle round vich sade judges to mili hoi tips nu dhyan vich rakhya hai kinna ko rakhya hai. Please welcome Aryan Shivam. ਲੋ ਜੀ ਮੈਨੂੰ ਅੱਤ ਪੈ ਗਈ ਇਸ ਤਰ੍ਹਾਂ ਡੰਡੇ ਫੜ ਕੇ ਆਉਣ ਦੀ ਕਿਉਂ ਬਈ ਕਿਉਂਕਿ ਬੱਸਾਂ ਦੇ ਵਿੱਚ ਕਾਫੀ ਸਫ਼ਰ ਕਰੀਦਾ ਇਸੇ ਤਰ੍ਹਾਂ ਜੀ ਮੈਂ ਇੱਕ ਦਿਨ ਬੱਸ 'ਚ ਆ ਰਿਹਾ ਸੀਗਾ ਇੱਥੇ ਜਦੋਂ ਸ਼ੂਟਿੰਗ ਦਾ ਪਤਾ ਲੱਗਾ ਮੈਂ ਕਿਹਾ ਪਹਿਲਾਂ ਬੱਸ 'ਚ ਜਾ ਕੇ ਵੇਖ ਆਈਏ ਇੰਨੀ ਭੀੜ ਬੱਸ 'ਚ ਇੰਨੀ ਭੀੜ ਬਹਿਣ ਦੀ ਕੋਈ ਥਾਂ ਨਹੀਂ ਆਪਾਂ ਖੜੇ ਹੋ ਗਏ ਜੀ ਸਮਾਨ ਆਪਣੇ ਹੱਥ 'ਚ ਕਾਫੀ ਸੀਗਾ ਟੈਟੀ ਚੁੱਟੀ ਐਂ ਫੜੇ ਸੀਗੇ ਕੱਸ ਕੇ ਇੱਧਰੋਂ ਦੀ ਐਂ ਪਾਇਆ ਡੰਡੇ ਨੂੰ ਹੱਥ ਝੂਟੇ ਖਾਂਦੇ ਜਾਈ ਹੋਣੇ ਦਿਨ ਕੰਡਕਟਰ ਸਾਹਿਬ ਆ ਗਏ ਟਿਕਟ ਕਟਾਈ ਮੈਂ ਭਾਅ ਜੀ ਟਿਕਟ ਕਟਾਉਣ ਦਾ ਟਾਈਮ ਹੀ ਨਹੀਂ ਮਿਲਿਆ ਤੁਸੀਂ ਉੱਧਰ ਹੋ ਗਏ ਮੈਂ ਇੱਥੇ ਮਗਰ ਆ ਕੇ ਖੜੇ ਹੋ ਦਿੰਦਾ ਟਿਕਟ ਕਟਾਓ ਛੇਤੀ ਕਰੋ ਮੈਂ ਭਾਅ ਜੀ ਕਿਵੇਂ ਕਟਾਵਾਂ ਪਰਸ ਪਿਛਲੀ ਜੇਬ 'ਚ ਦੋ ਮਿੰਟ ਜਰਾ ਬੈਗ ਫੜੋਗੇ ਨਾ ਤੂੰ ਮੈਨੂੰ ਆਪਣੇ ਪਿਓ ਦਾ ਨੌਕਰ ਸਮਝਿਆ ਓਏ ਓਏ ਅਸੀਂ ਬੱਸਾਂ ਦੇ ਵਿੱਚ ਕੰਡਕਟਰ ਲੱਗੇ ਤੁਹਾਡੀ ਟਿਕਟਾਂ ਕੱਟਣ ਲਈ ਤੁਹਾਡੇ ਟੈਚੀ ਫੜਨ ਨੂੰ ਨਹੀਂ ਲੱਗੇ ਹੈਗੇ ਗੁੱਸਾ ਕਿਹੜੀ ਗੱਲੋਂ ਕਰਦੇ ਦੋ ਮਿੰਟ ਡੰਡੇ ਨੂੰ ਹੱਥ ਪਾ ਲੂੰ ਲਓ ਜੀ ਉਸ ਤੋਂ ਬਾਅਦ ਜਦੋਂ ਮੈਂ ਬੱਸ 'ਚੋਂ ਉਤਰਿਆ ਅੱਗੇ ਜਾ ਕੇ ਦੇਖਿਆ ਇੱਕ ਲੜਕੀ ਖੜੀ ਸੀ ਬੜੀ ਸੋਹਣੀ ਜੀ ਪਾਰਕ 'ਚ ਮੇਰਾ ਦੇਖ ਕੇ ਜੀ ਕੀਤਾ ਮੈਂ ਕਿਹਾ ਜੀ ਸਾਡੇ ਚਾਚਾ ਚਦਰੇ ਜੀ ਵੀ ਬੜੀਆਂ ਕੁੜੀਆਂ ਛੇੜਦੇ ਥੋੜ੍ਹਾ ਮੈਂ ਵੀ ਛੇੜ ਕੇ ਵੇਖ ਲਵਾਂ ਉਹਨਾਂ ਦਾ ਸਟਾਈਲ ਵੱਖਰਾ ਉਹ ਸੁਲਝੇ ਹੋਏ ਬੰਦੇ ਨੇ ਮੇਰੇ ਵਰਗਾ ਜਾ ਕੇ ਚਪੇੜਾਂ ਖਾਣ ਦਾ ਮੈਂ ਥੋੜ੍ਹੀ ਜਿਹੀ ਛੇੜਖਾਨੀ ਕਰਨ ਦੀ ਕੋਸ਼ਿਸ਼ ਕੀਤੀ ਮੈਨੂੰ ਕੁੜੀ ਨੇ ਵੈਸੇ ਬੜੀ ਇੱਕ ਲਾਈਨ 'ਚ ਦਿੱਤੀ ਮੈਂ ਫਿਰ ਵੇਖਿਆ ਮੈਂ ਕਿਹਾ ਥੋੜ੍ਹਾ ਛੇੜ ਕੇ ਵੇਖੀਏ ਕੁੜੀ ਖੜੀ ਮੈਂ ਜਾ ਕੇ ਗਿਆ ਮੈਂ ਮੈਡਮ ਬੜੇ ਸੋਹਣੇ ਜਿਹੇ ਲੱਗਦੇ ਪਏ ਉਹ ਚੁੱਪ ਜੀ ਹੋ ਗਈ ਇੰਨੀ ਦੇਰ ਨੂੰ ਮੈਂ ਵੇਖਿਆ ਇੱਧਰ ਇੱਕ ਨਾ ਗਊ ਅਤੇ ਵੱਛਾ ਆਪਸ 'ਚ ਮੂੰਹ ਰਗੜਦੇ ਪਏ ਸੀਗੇ ਮੈਂ ਵੇਖ ਕੇ ਕਿਹਾ ਮੈਂ ਮੈਡਮ ਇੱਧਰ ਵੇਖਿਓ ਜਰਾ ਮੇਰਾ ਵੀ ਇਸ ਤਰ੍ਹਾਂ ਕਰਨ ਨੂੰ ਜੀ ਕਰਦਾ ਕਹਿੰਦੀ ਕਰ ਲਓ ਫਿਰ ਰੋਕਿਆ ਕਿੰਨੇ ਆ ਗਾਂ ਤੁਹਾਡੀ ਮਾਂ ਹੀ ਲੱਗਦੀ ਥੈਂਕ ਯੂ ਸਰ ਤੁਹਾਡਾ ਸਟਾਈਲ ਸੀ ਜਿਹੜਾ ਈਵਨ ਤੁਹਾਡੇ ਖੜਨ ਦਾ ਸਟਾਈਲ ਪ੍ਰੈਜੈਂਟੇਸ਼ਨ ਦਾ ਸਟਾਈਲ ਬੋਲਣ ਦਾ ਸਟਾਈਲ ਕੌਨਫੀਡੈਂਸ ਤੁਹਾਡੇ 'ਚ ਵਿਦਆਊਟ ਬ੍ਰੇਕ ਸਪੀਡ ਜਿੰਨੀ ਤੁਹਾਡੀ ਹੈਗੀ ਆ ਕੋਈ ਵਿੱਚ ਇੰਟਰਪਸ਼ਨ ਨਹੀਂ ਹੈ ਐਕਸਲੈਂਟ ਥੈਂਕਸ ਪਰ ਉਹੀ ਲੈਕ ਆਫ ਮੈਟਰ ਜਿਹੜੀ ਆ ਤੁਹਾਡੀ ਸਿਲੈਕਸ਼ਨ ਆਫ ਮੈਟਰ ਇੱਥੋਂ ਮਾਰ ਖਾਧੀ ਆ ਤੁਸੀਂ ਪਰ ਪਿਛਲੇ ਤੁਹਾਡੇ ਰਾਊਂਡ ਨਾਲੋਂ ਫਿਰ ਵੀ ਬੈਟਰ ਸੀ ਥੈਂਕ ਯੂ ਸਰ ਥੈਂਕਸ ਅ ਲੋਟ ਓਕੇ ਬ੍ਰਦਰ ਥੈਂਕ ਯੂ ਤੇ ਆਓ ਫਿਰ ਸ਼ੁਰੂਆਤ ਕਰਦੇ ਹਾਂ ਹਾਸਿਆਂ ਦੀਆਂ ਚੜੀਆਂ ਅਤੇ ਕੌਮੇਡੀ ਦੀ ਫੁੱਲਝੜੀਆਂ ਦੀਆਂ ਜੀ ਹਾਂ ਸਾਡੇ ਕੋਲ ਸਾਡੇ ਬਾਕੀ ਦੇ ਦੋ ਕੰਟੈਸਟੈਂਟਸ ਬਿਲਕੁਲ ਤਿਆਰ ਨੇ ਅਤੇ ਵੇਖਦੇ ਹਾਂ ਇਸ ਵਾਰੀ ਇਸ ਰਾਊਂਡ ਵਿੱਚ ਰਾਜੀਵ ਮਹਿਰਾ ਸਾਡੇ ਲਈ ਕੀ ਲੈ ਕੇ ਆ ਰਹੇ ਨੇ ਸੋ ਪਲੀਜ਼ ਗਿਵ ਰਾਜੀਵ ਅ ਵੈਰੀ ਬਿਗ ਹੈਂਡ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਵੀ ਜਦੋਂ ਵੀ ਮੇਰੀ ਪਰਫੋਰਮੈਂਸ ਆਉਂਦੀ ਉਦੋਂ ਬ੍ਰੇਕ ਕਿਉਂ ਹੁੰਦਾ ਬਾਅਦ 'ਚ ਮੈਂ ਉਹਨੂੰ ਮੇਰੇ ਯਾਰ ਦੋਸਤ ਨੇ ਦੱਸਿਆ ਕਹਿੰਦਾ ਯਾਰ ਏਡੀ ਭਾਰੀ ਚੀਜ਼ ਬਰਦਾਸ਼ਤ ਕਰਨ ਤੋਂ ਪਹਿਲਾਂ ਤੂੰ ਮਾੜਾ ਮੋਟਾ ਤਾਂ ਕੋਕਾ ਕੋਕੂਲਾ ਪੀਣਾ ਹੀ ਪੈਂਦਾ ਉਹ ਭਾਅ ਜੀ ਕੀ ਕਰੀਏ ਮੋਟੇ ਬੰਦੇ ਦੀ ਵੈਲਿਊ ਨਹੀਂ ਹੈਗੀ ਕਿਤੇ ਪਰ ਅਦਨਾਮ ਸਾਮੀ ਸਾਹਿਬ ਜਿਹੜੇ ਆ ਨਾ ਤੁਸੀਂ ਵੇਖਿਆ ਹੀ ਹੋਣਾ ਵੈਸੇ ਮੇਰੇ ਵੱਡੇ ਭਰਾ ਹੀ ਲੱਗਦੇ ਨੇ ਅਦਨਾਮ ਸਾਮੀ ਸਾਹਿਬ ਨੂੰ ਇੱਕ ਗੱਲ ਦਾ ਬਹੁਤ ਵੱਡਾ ਫਾਇਦਾ ਹੈਗਾ ਬਹੁਤ ਵੱਡੀ ਐਡਵਾਂਟੇਜ ਆ ਉਹਨਾਂ ਦੀ ਕਾਰ ਦਾ ਕਦੀ ਚਲਾਨ ਨਹੀਂ ਜੋ ਹੋਇਆ ਇਹ ਪਿੱਛੇ ਜੇ ਸ਼ੋਅ ਕਰਨ ਆਏ ਲਾਈਵ ਸ਼ੋਅ ਸੀ ਉਹਨਾਂ ਦਾ ਸਾਡੇ ਅੰਮ੍ਰਿਤਸਰ ਆਪਣੀ ਮਰੂਤੀ 800 'ਚ ਬਹਿ ਕੇ ਅੰਮ੍ਰਿਤਸਰ ਲਈ ਆਉਂਦੇ ਤੇ ਰਾਤੀ ਪੰਜਾਬ ਦਾ ਬਾਰਡਰ ਪਹੁੰਚਿਆ ਹੀ ਸੀ ਪੰਜਾਬ ਪੁਲਿਸ ਵਾਲੇ ਨੇ ਮਾਰ ਉਹ ਭਲਵਾਨ ਗੱਡੀ ਸਾਈਡ 'ਤੇ ਲਾਓ ਤੈਨੂੰ ਵੇਖਿਆ ਲੱਗਦਾ ਉਹ ਕਿਤੇ
ਮੈਂ ਅਦਨਾਨ ਸਮੀ। ਅੱਛਾ, ਤੂੰ ਨਾ ਝੋਨਾ ਹੁੰਦਾ ਨਵੀਆਂ ਹੀਰੋਇਨ ਆਪਣੇ ਗਾਣੇ 'ਚ, ਗੱਡੀ ਸਾਈਡ 'ਤੇ ਲਾ ਕਾਗਜ਼ ਚੈੱਕ ਕਰਾ। ਲਓ ਜੀ ਉਹਨੇ ਕਾਗਜ਼ ਕੂਗਜ਼ ਚੈੱਕ ਕਰਾਏ ਸਮੀ ਸਾਹਿਬ ਨੇ, ਲਓ ਜੀ ਸਿਰ ਪੂਰੇ, ਅਤੇ ਤੁਹਾਨੂੰ ਪਤਾ ਪੰਜਾਬ ਪੁਲਿਸ ਵੀ ਕਿੱਥੇ ਪਾ ਜਾਂਦੀ ਹੈ। ਇਹ ਕਾਗਜ਼ ਤਾਂ ਤੇਰੇ ਭਲਵਾਨ ਨਾਲ ਠੀਕ ਆ, ਬਾਕੀ ਜੁਰਮਾਨਾ ਲੱਗਣਾ ਤੈਨੂੰ 500 ਰੁਪਇਆ। ਇਹ ਉਹ ਕਹਿੰਦਾ ਸਰ ਉਹ ਤੂੰ ਬੈਲਟ ਨਹੀਂ ਲਾਈ, ਲਓ ਸਰ ਲਓ ਇਹ 500 ਛੱਡੋ 1000 ਰੁਪਇਆ ਲਓ, ਬੈਲਟ ਲਾ ਕੇ ਵਿਖਾਓ। ਮੈਂ ਗੱਲ ਕਰ ਰਿਹਾ ਸੀਗਾ, ਮੈਂ ਦੋਸਤ ਦੇ ਘਰ ਗਿਆ ਜੀ, ਉਹਨੇ ਮੈਨੂੰ ਕਿਤੇ ਇਨਵਾਈਟ ਕਰ ਲਿਆ, ਮੈਨੂੰ ਕਹਿੰਦਾ ਭਾਅ ਜੀ ਜਰਾ ਇਸ ਤਰ੍ਹਾਂ ਸਾਡੀ ਮੈਰਿਜ ਐਨਵਰਸਰੀ ਹੈ ਤਾਂ ਤੁਸੀਂ ਜ਼ਰੂਰ ਆਇਓ। ਲਓ ਜੀ ਮੈਂ ਰਿਕੁਐਸਟ ਕੀਤੀ ਅਤੇ ਚਲਾ ਗਿਆ, ਵਹਿੰਦਰੋ ਮੈਂ ਬੜਾ ਸ਼ੋਅ ਦਾ ਕਿਸਮ ਦਾ ਬੰਦਾ। ਲਓ ਜੀ ਮੈਂ ਜਿਲ੍ਹੇ ਪਹੁੰਚਿਆ ਤਾਂ ਉਹਨੇ ਬੜੇ ਤਰ੍ਹਾਂ ਤਰ੍ਹਾਂ ਦੇ ਵਿਅੰਜਨ ਰੱਖੇ ਅਤੇ ਘਰ ਦਾ ਰੋਟੀ ਖਾਣੀ ਅਤੇ ਬਾਹਰ ਮੁਰਗਾ ਵੇਖ ਕੇ ਤੇ ਮੂੰਹ 'ਚ ਪਾਣੀ ਆ ਜਾਂਦਾ। ਮੈਂ ਉਹਦਾ ਖਾਣਾ ਸ਼ੁਰੂ ਕੀਤਾ ਤਾਂ ਮੈਂ ਵੇਖਿਆ ਉਹਦੇ ਨਾ 5-5, 6-6 ਸਾਲ ਦੋ ਨਿਆਣੇ ਮੇਰੇ ਵੱਲ ਵੇਖੀ ਜਾਣ, ਰੋਈ ਜਾਣ। ਮੈਨੂੰ ਬੜਾ ਮਾਇੰਡ ਜਿਹਾ ਲੱਗਾ, ਮੈਂ ਕਿਹਾ ਯਾਰ ਆ ਕੀ ਇਹ ਰੋਣ ਕਿਉਂ ਰਿਹਾ। ਮੈਂ ਉਹਨੂੰ ਦੋਸਤ ਨੂੰ ਬੁਲਾਇਆ, ਯਾਰ ਤੇਰੇ ਬੱਚੇ ਰੋ ਰਹੇ, ਪਲੀਜ਼ ਉਹਨਾਂ ਨੂੰ ਜ਼ਰਾ ਅੱਛਾ ਨਹੀਂ ਲੱਗਦਾ ਨਾ ਤੂੰ ਮੈਨੂੰ ਬੁਲਾਇਆ, ਮੈਂ ਆਰਟਿਸਟ ਬੰਦਾ। ਇਹ ਕਹਿੰਦਾ ਕੋਈ ਗੱਲ ਨਹੀਂ, ਮੈਂ ਕਹਿ ਦਿੰਦਾ ਲਓ ਜੀ 10 ਮਿੰਟ ਬਾਅਦ ਮੈਂ ਰੋਟੀ ਖਾਈ ਜਾਵਾਂ, ਇੱਧਰ ਦਿੱਲੀ ਸੁੱਟਾਂ ਤੋਂ ਫਿਰ ਵੇਖਣ ਰੋਣ। ਮੈਂ ਯਾਰ ਬੜਾ ਫੀਲ ਕੀਤਾ, ਮੈਂ ਕਿਹਾ ਭਾਅ ਜੀ ਜਿਹੜਾ ਗੱਲ ਸੁਣਿਓ ਇਹ ਇਹਨਾਂ ਨੂੰ ਚੁੱਪ ਕਰਾਓ ਯਾਰ, ਕਿ 10 ਮਿੰਟ ਬਾਅਦ ਬੱਚੇ ਚੁੱਪ ਕਰਾ ਕੇ ਆ ਗਿਆ। ਮੈਂ ਕਿਹਾ ਯਾਰ ਪਹਿਲਾਂ ਕੀ ਕਹਿੰਦਾ, ਪਹਿਲਾਂ ਨਹੀਂ ਮੰਨੇ ਦੂਜੀ ਵਾਰੀ ਮੰਨ ਗਏ, ਇਹ ਕੀ ਚੱਕਰ ਹੈ। ਕਹਿੰਦਾ ਮੈਂ ਉਹਨਾਂ ਨੂੰ ਹੌਸਲਾ ਦੇ ਕੇ ਆਇਆ। ਮੈਂ ਕਾਹਦਾ ਹੌਸਲਾ, ਮੈਂ ਕਿਹਾ ਬੱਚਿਆਂ ਨੂੰ ਕਹਿ ਕੇ ਆਇਆ ਵੀ ਪੁੱਤ ਤੁਸੀਂ ਇਕੱਲੇ ਨਾ ਰਹੋ, ਅੰਕਲ ਨੂੰ ਰੋਟੀ ਖਾ ਕੇ ਜਾਣ ਦਿਓ, ਸਾਰਾ ਟੱਬਰ ਬਹਿ ਕੇ ਰੋਵਾਂਗਾ। ਇੱਕ ਵਾਰ ਦੀ ਗੱਲ ਸੁਣਾਉਂਦਾ, ਸਾਡੇ ਕਿ ਮੇਰੇ ਬੜੇ ਅੱਛੇ ਦੋਸਤ ਹੈਗੇ ਬਲਵਿੰਦਰ ਸਿੰਘ ਪੋਪੀ ਜੀ, ਪੋਪੀ ਸਾਹਿਬ ਬੜੀ ਗ੍ਰੇਟ ਜੀ ਆਈਟਮ ਨੇ। ਅਤੇ ਦੋਸਤੋ ਹੋਇਆ ਕਿ ਬੱਸ ਸਟੈਂਡ 'ਤੇ ਮੈਂ ਖਲੋਤਾ, ਦਿੱਲੀ ਆਉਣਾ ਸੀ, ਰਸੇ ਮਿਲ ਗਏ, ਉਹ ਮੇਰਾ ਸਾਹਿਬ ਕਿਤੇ ਲਿਓ ਉਹ ਕੀ ਹੋਇਆ। ਮੈਂ ਕਿਹਾ ਜੀ ਮੈਂ ਦਿੱਲੀ ਚੱਲਣਾ, ਮੈਂ ਜਵਾਨ 'ਤੇ ਪਰਫੋਰਮ ਕਰਨ ਜਾ ਰਿਹਾ। ਉਹ ਅੱਛਾ ਅੱਛਾ, ਉਹ ਯਾਰ ਮੈਂ ਤੈਨੂੰ ਗੱਲ ਸੁਣਾਉਣੀ ਜੀ। ਮੈਂ ਕਿਹਾ ਹੋਇਆ ਕੀ, ਉਹ ਸਮਝ ਨਹੀਂ ਗੱਲ, ਉਹ ਮੈਂ ਨਾ ਯਾਰ ਬੱਸ ਸਟੈਂਡ 'ਤੇ ਆਇਆ ਅਤੇ ਮੇਰਾ ਇੱਕ ਪਿਛਲੇ ਹਫ਼ਤੇ ਕੁੜੀ ਫਸ ਗਈ। ਤਿੰਨਾਂ ਕੁੜੀ ਫਸ ਗਈ ਯਾਰ, ਸ਼ਕਲ ਤੇਰੀ ਵੀ ਆਉਣ ਲੱਗਦੀ ਹੈ, ਫਾਟਕ 'ਚ ਰਕਸ਼ਾ ਵੱਜਾ ਹੁੰਦਾ, ਤਿੰਨਾਂ ਕੁੜੀ ਕਿਵੇਂ ਫਸ ਗਈ? ਉਹ ਮੇਰਾ ਸਭ ਗੱਲ ਹੀ ਸਮਝਿਆ ਗਏ, ਉਹ ਮੇਰਾ ਕੁੜੀ ਇੰਝ ਫਸ ਗਈ, ਮੈਂ ਕੁੜੀ ਨੂੰ ਵੇਖਿਆ, ਕੁੜੀ ਨੇ ਮੈਨੂੰ ਵੇਖਿਆ ਅਤੇ ਸਾਡੀਆਂ ਅੱਖਾਂ ਨਾ ਤਿੰਨ ਹੋ ਗਈਆਂ। ਉਹ ਮੈਂ ਕਿਹਾ ਮਾਮਾ ਪਿਆਰ 'ਚ ਅੱਖਾਂ 4 ਹੁੰਦੀਆਂ, ਤੇਰੀਆਂ 3 ਕਿ ਉਹ ਸਮਝ ਨਹੀਂ ਕਣੀ ਗਈ ਸੀ ਨਾ ਇੱਕ ਅੱਗ ਤੋਂ। ਮੈਂ ਬੜਾ ਹੈਰਾਨ, ਮੈਂ ਕਿਹਾ ਯਾਰ ਕੁੜੀ ਅੱਖੋਂ ਕਣੀ ਸੈੱਟ ਕਰ ਲਈ, ਉਹ ਸੈੱਟ ਕਰ ਲਈ ਵਿਆਹੀ ਸੀ ਉਹ। ਮੈਂ ਕਿਹਾ ਤਾਂ ਬਹੁਤ ਮਾੜੀ ਗੱਲ ਹੈ, ਫਿਰ ਕੀ ਬਣਿਆ? ਮੈਨੂੰ ਉਹਨੇ ਘਰ ਸੱਦ ਲਿਆ, ਮੈਂ ਉਹਦੇ ਘਰ ਚਲਾ ਗਿਆ। ਉਹ ਘਰ ਚਲਾ ਗਿਆ ਅਤੇ ਫਿਰ ਮੈਨੂੰ ਕਹਿੰਦੀ ਤੂੰ ਨਾ ਚੁੱਪ ਕਰਕੇ ਬਹਿ ਜਾ, ਮੈਂ ਤੇਰੀ ਚਾਹ ਪਾਣੀ ਲਿਆਉਣੀ ਆ। ਮੈਂ ਕਿਹਾ ਜਾ, ਫਿਰ ਉਹ ਚਾਹ ਪਾਣੀ ਪਿਆਉਣ ਲੱਗੀ, ਘਰ ਵਾਲਾ ਆ ਗਿਆ। ਮੈਂ ਕਿਹਾ ਫਿਰ ਉਹ ਘਰ ਵਾਲਾ ਆ ਕੇ ਮੈਨੂੰ ਕਹਿੰਦੀ ਜੇ ਜਾਣ ਪਛਾਣੀ ਜਾਣਾ, ਉਹ ਸਾਹਮਣੇ ਕੱਪੜੇ ਪਏ, ਉਹਨੂੰ ਪ੍ਰੈਸ ਮਾਰਨੀ ਸ਼ੁਰੂ ਕਰ ਦੇ। ਮੈਂ ਕਿਹਾ ਫਿਰ ਕੀ ਹੋਇਆ? ਉਹ ਕੀ ਕਰਦਾ ਜਾਣ ਪਛਾਣੀ ਕੱਪੜੇ ਪ੍ਰੈਸ ਮਾਰਨੀ ਪਈ, ਫਿਰ ਤੂੰ ਬਚਿਆ ਕਿਵੇਂ? ਉਹ ਕਹਿੰਦੀ ਉਹਨੂੰ ਕਹਿੰਦੀ ਘਰ ਵੇਲੇ ਨੂੰ ਕਹਿੰਦੀ ਇਹ ਮੈਂ ਨਵਾਂ ਨੌਕਰ ਰੱਖੀ ਹਾਂ, ਟਰਾਈ ਕਰ ਰਹੀ ਉਹਦੀ ਵੀ ਕਿਹੋ ਜਿਹਾ ਕੰਮ ਕਰਦਾ। ਉਹ ਕਮਾਲ ਹੋ ਗਈ, ਮੈਂ ਕਿਹਾ ਤੂੰ ਕਿ ਉਹ ਜਨਾਨੀ ਦੀ ਗੱਲ ਤਾਂ ਨਹੀਂ ਕਰਦਾ ਬਈ ਜਿਹੜੀ ਅੱਖੋਂ ਗਾਣੀ ਅਤੇ ਉਹਦਾ ਘਰ ਵਾਲਾ ਪੰਜਾਬ ਪੁਲਿਸ ਹੌਲਦਾਰ? ਉਹ ਤੈਨੂੰ ਕਿਵੇਂ ਪਤਾ? ਮੈਂ ਕਿਹਾ ਜਿਹੜੇ ਮਾਮਾ ਜਿਹੜੇ ਕੱਲ੍ਹ ਕੱਪੜੇ 3 ਘੰਟੇ ਲਾ ਕੇ ਪ੍ਰੈਸ ਕਰਕੇ ਆਇਆ ਨਾ, ਪਰਸੋਂ ਰਾਤੀ ਧੋ ਕੇ ਮੈਂ ਹੀ ਆਇਆ ਸੀ। ਥੈਂਕ ਯੂ। ਅੱਛਾ ਵੀ ਅੱਛਾ, ਥੈਂਕ ਯੂ। ਆਈਟਮ ਵੈਸੇ ਨੈਚੁਰਲ ਅੰਦਾਜ਼ ਵਿੱਚ ਕੀਤੀਆਂ, ਲੱਗ ਰਿਹਾ ਸੀ ਜਿਵੇਂ ਗੱਲਾਂ ਬਾਤਾਂ ਜਿਹੀਆਂ ਕਰ ਰਹੇ ਹੋ ਜੀ। ਹੱਡਬੀਤੀ ਵੀ ਲੱਗਦੀ ਸੀ, ਹੱਡਬੀਤੀ ਵੀ ਲੱਗ ਰਹੀ ਸੀ, ਉਦੋਂ ਤੁਸੀਂ ਆਪ ਦੱਸ ਹੀ ਦਿੱਤੀ ਆ ਜੀ ਸਰ। ਅੱਛੀ ਸੀ ਆਈਟਮ ਤੇ 19-21 ਦਾ ਫਰਕ ਸੀ ਤੁਹਾਡੀ ਪਿਛਲੇ ਉਹਦੇ ਨਾਲੋਂ ਜੀ ਜੀ, ਚੜਾਈ ਵਾਲੀ ਸੀ ਯਾਨੀ ਉਤਰਾਈ ਵਾਲੀ ਨਹੀਂ ਸੀ ਜੀ ਸਰ। ਮੇਰਾ ਸਾਹਿਬ ਯੈਸ ਸਰ, ਪਹਿਲੇ ਕੋਲੋਂ ਥੋੜਾ ਜਿਹਾ ਬੈਟਰ ਸੀ, ਔਰ ਥੋੜਾ ਜਿਹਾ ਮੈਟਰ ਵੀ ਬੈਟਰ ਸੀ ਜੀ। ਬਟ ਆਈ ਲਾਈਕ ਯੋਰ ਫੇਸ, ਯੋਰ ਫੇਸ ਇਜ਼ ਵੈਰੀ ਮੋਬਾਈਲ, ਬੜਾ ਤੂੰ ਫੇਸ ਆਪਣਾ ਯੂਜ਼ ਵੀ ਕੀਤਾ। ਉਹਨੂੰ ਨਾ ਕੋ ਨੇ ਸਵੇਰੇ ਸੇਮ ਪਵਾ ਲੈਣਾ ਜੀ ਉਹਦੇ 'ਚ, ਫੇਸ 'ਚ ਸਿਮ ਕਾਰਡ ਪਵਾ ਲੈਣਾ ਉਹਨੇ, ਕੱਲ੍ਹ ਮੋਬਾਈਲ ਕਹਿ ਰਹੇ ਸੀ। ਥੈਂਕ ਯੂ ਵੈਰੀ ਮਚ। ਥੈਂਕ ਯੂ ਰਾਜੀਵ। ਦੋਸਤੋ ਮੈਂ ਕਹਿੰਦੇ ਨੇ ਕਿ ਕਦੀ ਚਿਹਰੇ 'ਤੇ ਨਹੀਂ ਜਾਣਾ ਚਾਹੀਦਾ, ਚਿਹਰਾ ਧੋਖਾ ਦੇ ਜਾਂਦਾ, ਲੇਕਿਨ ਸਾਡੇ ਇਹ ਜੋ ਪਾਰਟੀਸੀਪੈਂਟ ਹੁਣੇ ਹੁਣੇ ਗਏ ਨੇ ਰਾਜੀਵ, ਇਹ ਚਿਹਰੇ ਤੋਂ ਵੀ ਬੜੇ ਚੰਚਲ ਲੱਗਦੇ ਨੇ ਅਤੇ ਇਹਨਾਂ ਦਾ ਸੁਭਾਅ ਵੀ ਬੜਾ ਚੰਚਲ ਸੀ। ਇਹ ਅੰਮ੍ਰਿਤਸਰ ਤੋਂ ਇਹ ਨਰਿੰਦਰ ਚੰਚਲ ਦੇ ਗੁਆਂਢ 'ਚ ਰਹਿੰਦੇ ਹੋਣੇ ਕਿਤੇ, ਚਿਹਰੇ ਤੋਂ ਚੰਚਲ ਲੱਗਦੇ ਨੇ ਤਾਂ। ਤੇ ਇੱਦਾਂ ਦੇ ਹੀ ਸਾਡੇ ਅਗਲੇ ਕੰਟੈਸਟੈਂਟ, ਜੀ ਹਾਂ, ਵੇਖਦੇ ਹਾਂ ਕਿ ਉਹ ਹਾਸੇ ਦੇ ਕਿਹੜੇ ਰੰਗ ਲੈ ਕੇ ਆ ਰਹੇ ਨੇ, ਅਤੇ ਇਹ ਹੈਗੀ ਹੈ ਸਾਡੇ ਅੱਜ ਦੇ ਕੁਆਟਰ ਫਾਈਨਲ ਦੀ ਆਖਰੀ ਪਰਫਾਰਮੈਂਸ, ਸੋ ਪਲੀਜ਼ ਵੈਲਕਮ ਰਵਿੰਦਰ ਕਵੀ। ਅੱਜ ਘੁੱਗੀ ਭਾਅ ਜੀ ਇੱਦਾਂ ਨਹੀਂ ਲੱਗਦਾ, ਇਹ ਰਾਡ ਵੱਲ ਵੇਖ ਕੇ ਜਿਵੇਂ ਵੇਟ ਮਾਰਨ ਵਾਲੀ ਰਾਡ ਹੁੰਦੀ ਲੱਗਦਾ ਵੀ, ਔਰ ਚੁੱਕੀ ਵੀ ਏਡੀ ਕਿ ਤੂੰ ਵੱਡੀ, ਮੈਂ ਚੁੱਕੀ ਰਿਸਕ ਹੈ ਤੇਰੇ ਵਾਸਤੇ। ਮੈਂ ਸਮਝਦਾ ਮਹਾਰਾਜ ਥੱਲੇ ਆ ਗਿਆ ਮੇਰਾ, ਤਾਂ ਉੱਦਾਂ ਹੀ ਉਹ ਨਿਕਲ ਜਾਣਾ, ਮੈਂ ਦੱਸਣਾ ਨਹੀਂ ਚਾਹੁੰਦਾ ਕੀ ਨਿਕਲ। ਅੱਛਾ ਜੀ, ਮੇਰੇ ਵਰਗੇ ਦੋ ਮੁੰਡੇ, ਮੇਰੇ ਵਰਗੇ ਕੀ ਇੱਕ ਮੈਂ ਸੀ ਅਤੇ ਇੱਕ ਮੇਰਾ ਯਾਰ ਦੋਸਤ ਮੇਰੇ ਕੋਲ ਆਇਆ। ਹੋਰ ਭਾਅ ਜੀ ਕੀ ਹਾਲ ਚਾਲ, ਕਵੀ ਸਾਹਿਬ
ਕਹਿੰਦਾ ਤੂੰ ਬਹੁਤ ਸੋਹਣਾ। ਉਹ ਮੈਂ ਕਿਹਾ ਮੇਰੇ ਸੁਪਨ ਦੀਆਂ ਗੱਲਾਂ ਛੱਡ ਦੇ, ਜਿੰਨਾ ਮੈਂ ਸੋਹਣਾ ਵਾ ਨਾ ਮੈਂ ਆਪਣੇ ਤਾਰੀਫ਼ ਕਰਨੀ ਨਹੀਂ ਚਾਹੁੰਦਾ, ਬਸ ਬਣਦੀ ਨਹੀਂ ਮੇਰੇ ਮੂੰਹ ਮੀਆਂ ਮਿੱਠੂ ਬਣਨ ਵਾਲੀ ਗੱਲ ਹੋ ਜਾਂਦੀ ਹੈ। ਕਹਿੰਦਾ ਨਾ ਤੂੰ ਬਹੁਤ ਸੋਹਣਾ, ਆਪਣੇ ਕੰਨ ਵੇਖ ਜਿਵੇਂ ਕੁਬੇਰ ਦੀਆਂ ਪੁੜੀਆਂ ਟੰਗੀਆਂ ਹੁੰਦੀਆਂ। ਮੈਂ ਕਿਹਾ ਆਪਣਾ ਨੱਕ ਵੇਖਾਂ ਜਿਵੇਂ ਬੱਚੇ ਨੇ ਨਿਪਲ ਚੌਂਕ ਕੇ ਸੁੱਟੀ ਹੁੰਦੀ। ਕਹਿੰਦਾ ਆਪਣਾ ਮੂੰਹ ਵੇਖੋ ਜਿਵੇਂ ਹੱਥ ਆ ਗਿਆ ਹੁੰਦਾ ਨਾ ਦਰਵਾਜ਼ੇ ਆ। ਮੈਂ ਕਿਹਾ ਆਪਣਾ ਮੂੰਹ ਵੇਖ ਜਿਵੇਂ ਭੂਕਾਂ ਵਾਲੇ ਛਟਾਲੇ 'ਚ ਗਿੱਲੀ ਗੋਹ ਬੈਠੀ ਹੁੰਦੀ। ਮੈਨੂੰ ਕਹਿੰਦਾ ਤੂੰ ਬਹੁਤ ਸੋਹਣਾ। ਮੈਂ ਕਿਹਾ ਤੂੰ ਬਹੁਤ ਸੋਹਣਾ। ਮੈਂ ਕਿਹਾ ਆਪਣੇ ਸੁਪਨ ਦੀ ਗੱਲ ਸੁਣਾ। ਕਹਿੰਦਾ ਲੈ ਫਿਰ ਸੁਣ, ਇੱਕ ਵਾਰੀ 25 ਮੰਜ਼ਿਲਾ ਇਮਾਰਤ ਦੇ ਥੱਲੇ ਖੜਾ। ਮੈਂ ਕਿਹਾ ਡਿੱਗ ਪਈ? ਉਹ ਨਹੀਂ ਓਏ ਡਿੱਗੀ ਨਹੀਂ, 21 ਮੰਜ਼ਿਲ ਤੂੰ ਕੁੜੀ ਨੇ ਬਾਰੀ ਖੋਲ੍ਹੀ, ਬਾਰੀ ਖੋਲ੍ਹਦੇ ਸਾਰੀ ਬੋਲੀ। ਮੈਂ ਕੁੜੀ ਕਹਿੰਦੀ ਆ ਵੀਰ ਜੀ ਸਾਈਡ 'ਤੇ ਹੋਇਆ ਮੈਂ ਕੂੜਾ ਸੁੱਟਣਾ। ਕਹਿੰਦਾ ਕੂੜਾ ਨਹੀਂ ਸੁੱਟਣਾ। ਮੈਨੂੰ ਕਹਿੰਦੀ ਜਨਾਬੇ ਵਾਲੀ ਯਾਰ ਉੱਤੇ 'ਤੇ ਆਇਓ। ਕਹਿੰਦਾ ਫਿਰ ਉਹ ਮੈਂ 300-400 ਪੌੜੀ ਚੜ੍ਹ ਕੇ ਉੱਤੇ ਗਿਆ ਵਾਂ। ਉੱਤੇ ਜਾਂਦੇ ਸਾਰੀ ਮੈਂ ਬੈੱਲ ਖੜਕਾਈ, ਬੈੱਲ ਖੜਕਾਉਂਦੇ ਸਾਰੀ ਕੁੜੀ ਨੇ ਦਰਵਾਜ਼ਾ ਖੋਲ੍ਹਿਆ ਅਤੇ ਮੇਰੇ ਹੱਥ ਵਿੱਚ ਮੈਂ ਹੱਥ ਦਿੱਤਾ। ਕਹਿੰਦਾ ਨਹੀਂ। ਮੈਂ ਫਿਰ? ਕਹਿੰਦਾ ਲਿਫਾਫਾ। ਮੈਨੂੰ ਲਿਫਾਫਾ ਦਿੰਦੀ ਬੋਲੀ ਮੈਂ ਆਈ ਲਵ ਯੂ। ਕਹਿੰਦਾ ਨਹੀਂ। ਮੈਂ ਫਿਰ? ਕਹਿੰਦਾ ਉਹ ਕਹਿੰਦੀ ਵੀਰ ਜੀ ਤੁਹਾਨੂੰ ਬਰਫ਼ ਹੀ ਲਿਆ ਦਿਓ। ਮੈਂ ਫਿਟੇ ਮੂੰਹ ਤੇਰਾ ਆਹ 300-400 ਪੌੜੀ ਉੱਤੇ ਚੜ੍ਹ ਕੇ ਭਰਾ ਬਣ ਗਿਆ ਸੀ, ਇੱਧਰ ਸਾਡੇ ਸੁਪਨ ਦੀਆਂ ਗੱਲਾਂ ਸੁਣ। ਬੀ ਏ ਤੇਰੇ ਨਾਲ ਹੀ ਕੀਤੀ ਨਾ? ਕਹਿੰਦਾ ਆਹੋ ਯਾਰ ਬੀ ਏ ਤਾਂ ਮੇਰੇ ਨਾਲ ਹੀ ਕੀਤੀ। ਮੈਂ ਕਿਹਾ ਫਿਰ ਵੀ ਅਜੇ ਵੀ ਕਿਤੇ ਟੌਰ ਸ਼ੁਰ ਕੱਢ ਕੇ ਕਿਤੇ ਕਾਲਜ ਚੱਲ ਜਾਈਏ ਨਾ, ਮੇਨ ਗੇਟ ਤੂੰ ਐਂ ਕਰਕੇ ਪੈਰ ਧਰੀ ਦਈਏ। ਕੁੜੀਆਂ ਦਾ ਟੋਲਾ ਖਲੋਤਾ ਹੁੰਦਾ ਲਾਉਣ ਵਿੱਚ, ਮੈਨੂੰ ਵੇਖ ਵੇਖ ਕੇ ਦਿਲ 'ਤੇ ਹੱਥ ਰੱਖ ਰੱਖ ਕੇ ਹੋਕੇ ਭਰ ਭਰ ਕਹਿੰਦੀਆਂ। ਕਹਿੰਦਾ ਕੀ ਕਹਿੰਦੀਆਂ? ਮੈਂ ਕਿਹਾ ਕੁੜੀਆਂ ਕਹਿੰਦੀਆਂ ਹਾਂ ਨਹੀਂ ਮਰ ਜਾਈਏ, ਇਹ ਅਜੇ ਵੀ ਜਿਉਂਦਾ ਹੀ। ਲਓ ਜੀ ਗੱਲ ਕਰਨ ਲੱਗਾ ਭੂੰਡ ਆਸ਼ਕਾਂ ਦੀ। ਭੂੰਡ ਆਸ਼ਕ ਕਿੱਦਾਂ ਦੇ ਹੁੰਦੇ ਨੇ? ਕਾਲਜ ਵਿੱਚ ਜੇ ਕੁੜੀ ਨੂੰ ਛੇੜ ਦੇਣਗੇ, ਜੇ ਹੱਸ ਵੀ ਕਹਿਣਗੇ ਕਿਉਂ ਮਾਨਾ ਭਰਾ ਦੀਆਂ ਟੌਹਰਾਂ, ਅਤੇ ਜੇ ਸੈਂਡਲ ਲਾ ਲਿਆ ਫਿਰ ਕਹਿਣਗੇ ਭੈਣੀ ਡਰ ਗਏ, ਭੈਣੀ ਡਰ ਗਏ, ਭੈਣੀ ਡਰ ਗਏ। ਅੱਗੇ ਜਾਣਗੇ ਵੈਲੰਟਾਈਨ ਡੇ 'ਤੇ ਸਾਰੇ ਇੱਕ ਦੂਜੇ ਨੂੰ ਗੁਲਾਬ ਦਾ ਫੁੱਲ ਦਿੰਦੇ ਹੋਣਗੇ, ਅਤੇ ਇਹ ਛੁੱਟੀ ਤੱਕ ਵੇਟ ਕਰਦੇ ਰਹਿਣਗੇ ਕੋਈ ਤਾਂ ਆਏਗੀ। ਜਦੋਂ ਛੁੱਟੀ ਹੋ ਜਾਂਦੀ ਹੈ ਫਿਰ ਇੱਕ ਦੀ ਨੂੰ ਆਪੇ ਰੋ ਕੇ ਭੈਣ ਮੇਰੀ ਇਹ ਕੋਈ ਚਿੱਟਾ ਹੀ ਦੇ ਛੱਡ, ਸੁਕਾ ਕੇ ਲਾਲ ਕਰ ਲਾਂਗੇ। ਦੋਸਤੋ ਇਸੇ ਤਰ੍ਹਾਂ ਹੀ ਅਮਰੀਕਾ ਵਿੱਚ 3 ਬੰਦਿਆਂ ਨੂੰ ਫਾਂਸੀ ਦੀ ਸਜ਼ਾ ਹੋ ਗਈ, ਮੌਤ ਦੀ ਸਜ਼ਾ ਹੋ ਗਈ। ਸਜ਼ਾ ਕਿਉਂ ਹੋਗੀ? ਕਤਲ ਕੀਤਾ ਹੋਏਗਾ ਉਹਨਾਂ ਨੇ। ਉਹ 3 ਬੰਦੇ ਕਿਹੜੇ ਸਨ? ਇੱਕ ਹਿੰਦੂ, ਇੱਕ ਮੁਸਲਮਾਨ ਅਤੇ ਇੱਕ ਆਪਣਾ ਸਰਦਾਰ ਭਾਈ। ਤਿੰਨਾਂ ਨੂੰ ਸਜ਼ਾ ਹੋ ਗਈ। ਆਪਣੇ ਭਾਰਤ ਵਾਂਗੂ ਨਹੀਂ, ਗੱਲ 'ਚ ਰੱਸਾ ਪਾ ਤਾ ਅਤੇ ਲਟਕਾ ਕੇ ਖਤਮ ਨਾ। ਉੱਥੇ ਅਮਰੀਕਾ 'ਚ ਸਜ਼ਾ ਦੂਜੇ ਤਰੀਕੇ ਨਾਲ ਦਿੰਦੇ ਨੇ। ਕਟਰ ਦਾ ਬਟਨ ਔਨ ਕਰਦੇ ਨੇ, ਕਟਰ ਜਿਹੜਾ ਧੌਣ 'ਤੇ ਡਿੱਗਦਾ, ਧੌਣ ਜਿਹੜੀ ਹੈ ਸਿਰ ਧੜਨਾਂ ਨੂੰ ਅਲੱਗ। ਲਓ ਜੀ ਮੁਕਰਰ ਕੀਤਾ ਗਿਆ ਦਿਨ, ਮੁਕਰਰ ਦਿਨ 'ਤੇ ਆ ਕੇ ਤਿੰਨਾਂ ਨੂੰ ਬੁਲਾ ਲਿਆ। ਪਹਿਲਾਂ ਮੁਸਲਮਾਨ ਦੀ ਵਾਰੀ ਆਈ, ਹਾਂਜੀ ਤੁਸੀਂ ਵੀ ਆਪਣੇ ਅੱਲਾ ਨੂੰ ਯਾਦ ਕਰ ਲਓ। ਕਹਿੰਦਾ ਯਾ ਮੇਰੇ ਅੱਲਾ ਪਾਕ ਪਰਵਰਦਿਗਾਰ ਹਜ਼ਰ ਮੁਹੰਮਦ ਸਾਹਿਬ, ਮੇਰੇ ਤੌਬਾ ਕਰੀ, ਮੈਨੂੰ ਬਖਸ਼ੀ, ਚੱਲ ਅੰਦਰ। ਅੰਦਰ ਗਿਆ, ਉਹਨੇ ਬਟਨ ਔਨ ਕੀਤਾ, ਕਟਰ ਆਣ ਕੇ ਧੌਣ ਦੇ ਕੋਲ ਹੋ ਗਿਆ। ਗੋਰੇ ਸਾਰੇ ਹੈਰਾਨ ਪਰੇਸ਼ਾਨ, ਕਹਿੰਦਾ ਜਿਹਨੂੰ ਰੱਬ ਨੇ ਰੱਖਿਆ ਸੀ ਮਾਰਨ ਵਾਲੇ ਕੌਣ ਹੁੰਦੇ ਆ? ਚੱਲ ਭਰਾ ਤੈਨੂੰ ਬਖਸ਼ਿਆ। ਦੂਜੀ ਵਾਰੀ ਆ ਗਈ ਹਿੰਦੂ ਦੀ, ਕਹਿੰਦਾ ਹਾਂ ਵੀ ਤੂੰ ਵੀ ਆਪਣੇ ਰਾਮ ਨੂੰ ਯਾਦ ਕਰ ਲੈ। ਕਹਿੰਦਾ ਜੈ ਸ਼੍ਰੀ ਰਾਮ, ਮੈਨੂੰ ਮਾਫ਼ ਕਰੀ। ਉਹਨੇ ਵੀ ਕਟਰ ਦੇ ਥੱਲੇ ਸਿਰ ਰੱਖਿਆ, ਬਟਨ ਔਨ ਕੀਤਾ, ਕਟਰ ਕੋਲ ਆਣ ਕੇ ਰੋਕਿਆ। ਕਹਿੰਦਾ ਤੈਨੂੰ ਵੀ ਰੱਬ ਨੇ ਰੱਖ ਲਿਆ, ਅਸੀਂ ਮਾਰਨ ਵਾਲੇ ਕੌਣ ਹੁੰਦੇ ਹਾਂ? ਚੱਲ ਤੂੰ ਵੀ ਅੰਦਰ, ਤੂੰ ਵੀ ਮਾਫ਼। ਉਧਰੋਂ ਆ ਗਈ ਪੰਜਾਬੀ ਭਾਅ ਦੀ ਵਾਰੀ, ਉਹ ਚਾਰਾਂ ਨਾਲ ਲੜਨ ਡਿਆ, ਉਹ ਮੈਂ ਨਹੀਂ ਅੰਦਰ ਜਾਂਦਾ, ਮੈਂ ਤਾਂ ਨਹੀਂ ਅੰਦਰ ਜਾਂਦਾ। ਅੰਗਰੇਜ਼ ਕਹਿੰਦਾ ਕਿਉਂ ਪੰਜਾਬੀ? ਅਸੀਂ ਸੁਣਿਆ ਪੰਜਾਬੀ ਸ਼ੇਰ ਦਿਲ ਬੜੇ ਹੁੰਦੇ, ਡਰ ਗਿਆ। ਉਹ ਡਰਦਾ ਕਿਹੜਾ ਕੰਜਰ ਏ? ਕਹਿੰਦਾ ਫੇਰ ਸਾਲਿਓ ਪਹਿਲਾਂ ਆਪਣਾ ਆਰਾ ਤੇ ਸਹੀ ਕਰਾਓ। ਥੈਂਕ ਯੂ। ਕਵੀ ਕਵੀ ਮੇਰੇ ਦਿਲ ਮੇ ਖਿਆਲ ਆਤਾ ਹੈ, ਕਿ ਤੂੰ ਇਹਦੇ ਨਾਲੋਂ ਬੈਟਰ ਕਰ ਸਕਦਾ ਸੀ। ਮੇਰੇ ਵੀਰ ਨੇ ਕਿਹਾ ਤੇਰੇ ਕੋਲ ਸਟਾਈਲ ਹੈ, ਤੇਰੇ ਕੋਲ ਕੌਨਫੀਡੈਂਸ ਹੈ, ਮੈਟਰ ਵੀ ਇੰਨਾ ਮਾੜਾ ਨਹੀਂ ਸੀ। ਕੁਛ ਮਿਸਿੰਗ ਸੀਗਾ, ਜਿਸ ਤਰ੍ਹਾਂ ਇੱਕ ਰੋਟੀ ਖਾ ਕੇ ਸਵਾਦ ਆਉਂਦਾ, ਇੱਕ ਵਾਰੀ ਕਈ ਵਾਰੀ ਨਹੀਂ ਵੀ ਆਉਂਦਾ ਤਾਂ ਕਹਿਣਾ ਬੜਾ ਮੁਸ਼ਕਿਲ ਹੁੰਦਾ ਕਿ ਵੀ ਸਵਾਦ ਕਿਉਂ ਨਹੀਂ ਆਇਆ। ਹਾਲਾਂਕਿ ਸਾਰੇ ਮਸਾਲੇ ਪਾਏ ਹੁੰਦੇ, ਲੇਕਿਨ ਫਿਰ ਵੀ ਗੱਲ ਨਹੀਂ ਬਣਦੀ। ਇਹ ਪਤਾ ਕੀ ਗੱਲ ਬਣੀ? ਮੇਰਾ ਇੱਕ ਦੋਸਤ ਆ, ਬੜਾ ਖਚਰਾ ਯਾਰ ਆ ਮੇਰਾ। ਅੱਛਾ ਜੀ। ਉਹ ਮੈਨੂੰ ਸਾਹਮਣੇ ਖੜਾ ਕਹਿੰਦਾ, ਯਾਰ ਗੁਰਪ੍ਰੀਤ ਤੇਰੇ ਦੰਦ ਬਹੁਤ ਕਮਾਲ ਦੇ, ਮੈਂ ਜਾਣ ਜ਼ਿਆਦਾ ਕੱਢਣ ਨਹੀਂ ਅਸੀਂ ਕਿਹੜੀ ਗੱਲ, ਮੈਂ ਹੋਰ ਕੱਢ ਕੇ ਵਿਖਾਉਣ ਲੱਗ ਪਿਆ। ਕਹਿੰਦਾ ਪੱਗ ਬੜੀ ਸੋਹਣੀ ਬੰਨਣਾ ਯਾਰ ਤੂੰ। ਥੈਂਕ ਯੂ ਯਾਰ। ਮੈਂ ਕਿਹਾ ਬਸ ਠੀਕ ਹੈ। ਕਹਿੰਦਾ ਤੇਰੇ ਦਾੜੀ ਵੀ ਕਹਿੰਦਾ ਬਹੁਤ ਸੋਹਣੀ ਆਈ। ਮੈਂ ਕਿਹਾ ਬਸ ਇਹ ਤਾਂ ਆਪਣੇ ਹੱਥ ਵਾਸਤੇ ਲੜਾਉਂਦਾ, ਜਿੱਦਾਂ ਦੀ ਕੁਦਰਤ ਨੇ ਦੇਤੀ। ਕਹਿੰਦਾ ਤੇਰਾ ਨੋਜ਼ ਬੜਾ ਅੱਛਾ ਹੈ, ਨੱਕ ਬਹੁਤ। ਥੈਂਕ ਯੂ। ਬੁੱਲ ਤੇਰੇ ਬਹੁਤ ਕਮਾਲ ਦੇ, ਲਿਪਸ ਕਹਿੰਦਾ ਬਹੁਤ ਅੱਛੇ। ਮੈਂ ਕਹਿੰਦਾ ਪਰ ਕਹਿੰਦਾ ਸਮਝ ਨਹੀਂ ਆਈ, ਸਾਰਾ ਮਿਲਾ ਕੇ ਬਹੁਤ ਜਿਹਾ ਭੈੜਾ ਜਿਹਾ ਬਣਦਾ। ਕਹਿੰਦਾ ਉਹ ਟ੍ਰੈਜਡੀ ਹੋਈ ਅੱਜ। ਮੈਨੂੰ ਲੱਗ ਰਿਹਾ ਭਾਅ ਜੀ ਕਿ ਸਾਰੀਆਂ ਚੀਜ਼ਾਂ ਵਧੀਆ ਸੀ, ਉਹਦਾ ਤਾਲਮੇਲ ਆਪੋ 'ਚ ਨਹੀਂ ਸੀ ਕੁਛ ਵਧੀਆ ਬਣ ਰਿਹਾ, ਹੈ ਨਾ? ਬਾਡੀ ਲੈਂਗੁਏਜ ਐਕਸਪ੍ਰੈਸ਼ਨ ਨਾਲ ਨਹੀਂ ਸੀ ਮੈਚ ਕਰ ਰਹੇ, ਐਕਸਪ੍ਰੈਸ਼ਨ ਜਿਹੜੇ ਆ ਸਪੀਚ ਨਾਲ ਨਹੀਂ ਸੀ ਮੈਚ ਕਰ ਰਹੇ। ਤੂੰ ਕੌਨਫੀਡੈਂਸ ਨਜ਼ਰ ਤੇਰੇ 'ਚ ਆ ਰਿਹਾ ਸੀ, ਕੌਨਫੀਡੈਂਟ ਲੱਗ ਰਿਹਾ ਸੀ, ਪਰ ਅੰਦਰ ਇੰਨਾ ਕੌਨਫੀਡੈਂਟ ਨਹੀਂ ਸੀ ਅੰਦਰੋਂ ਤੂੰ। ਓਕੇ, ਥੈਂਕ ਯੂ ਸਰ।